ਸਵਾਗਤ ਹੈ ਤੁਹਾਡਾ ਕ੍ਰੀਏਟਿਵ ਮਾਈਂਡ ਚੈਨਲ ਦੇ ਉੱਤੇ। ਅੱਜ ਆਪਾਂ 10ਵੀਂ ਕਲਾਸ ਦਾ ਚੈਪਟਰ ਨੰਬਰ 4 ਜਿਹਦਾ ਅਭਿਆਸ ਆਪਾਂ 4.2 ਦੇਖਾਂਗੇ, ਕਿੱਦਾਂ ਆਪਾਂ ਇਹਨੂੰ ਹੱਲ ਕਰਨਾ। 2 ਘਾਤੀ ਸਮੀਕਰਨ ਜਿਹੜੀ ਆਪਣੇ ਕੋਲ ਦਿੱਤੀ ਗਈ ਹੈ, ਉਹਦੇ ਵਿੱਚ ਗੁਣਨ ਖੰਡਨ ਵਿਧੀ ਦੇ ਰਾਹੀਂ ਕਿੱਦਾਂ ਆਪਾਂ ਇਸਦੇ ਮੂਲ ਪਤਾ ਕਰਾਂਗੇ, ਉਸਦੇ ਬਾਰੇ ਜਾਣਕਾਰੀ ਲਵਾਂਗੇ। ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲ ਦੀ ਨਾਲ ਘੰਟੀ ਦੇ ਬਟਨ 'ਤੇ ਵੀ ਕਲਿੱਕ ਕਰ ਦਿਓ ਜੇਕਰ ਵੀਡੀਓ ਦੀ ਅਪਡੇਟ ਨੂੰ ਸਾਰਿਆਂ ਤੋਂ ਪਹਿਲਾਂ ਪਾਉਣਾ ਚਾਹੁੰਦੇ ਹੋ। ਤਾਂ ਚਲੋ ਆਪਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਸਭ ਤੋਂ ਪਹਿਲਾਂ ਸਵਾਲ ਦੇਖਦੇ ਹਾਂ। ਪਹਿਲਾ ਸਵਾਲ ਕਿੱਦਾਂ ਹੱਲ ਕਰਨਾ, ਦੇਖੋ 1 ਨੰਬਰ ਜਿਹੜਾ ਪਹਿਲਾ ਸਵਾਲ ਦਿੱਤਾ ਹੋਇਆ ਉਹਦੇ ਵਿੱਚ ਉਹਨਾਂ ਨੇ ਲਿਖਿਆ ਐਕਸ ਦੀ ਪਾਵਰ 2, ਐਕਸ ਦੀ ਘਾਤ 2 ਘਟਾਓ 3x ਘਟਾਓ 10 ਬਰਾਬਰ 0। ਤਾਂ ਇਹ ਆਪਣੇ ਕੋਲ ਸਵਾਲ ਦਿੱਤਾ ਹੋਇਆ, ਇਹ ਸਵਾਲ ਨੂੰ ਆਪਾਂ ਨੂੰ ਹੱਲ ਕਰਨਾ। ਉਹਨਾਂ ਨੇ ਕਿਹਾ ਕਿ ਗੁਣਨ ਖੰਡਨ ਵਿਧੀ ਦੇ ਰਾਹੀਂ ਹੱਲ ਕਰੋ। ਦੇਖੋ ਗੁਣਨ ਖੰਡਨ ਵਿਧੀ ਦੇ ਰਾਹੀਂ ਹੱਲ ਕਰਨ ਤੋਂ ਪਹਿਲਾਂ ਤੁਸੀਂ ਜਿਹੜੀਆਂ ਚੀਜ਼ਾਂ ਨੋਟ ਕਰਨੀਆਂ ਉਹ ਦੇਖੋ। ਸਭ ਤੋਂ ਪਹਿਲਾਂ ਤੁਸੀਂ ਦੇਖਣਾ ਕਿ ਆਪਣੇ ਕੋਲ ਜਿਹੜਾ ਐਕਸ ਸਕੁਏਅਰ ਆ ਇਹਦੇ ਨਾਲ ਕਿਹੜਾ ਅੱਖਰ ਲੱਗਿਆ ਹੋਇਆ। ਤਾਂ ਜੇ ਆਪਾਂ ਇੱਥੇ ਧਿਆਨ ਨਾਲ ਦੇਖੀਏ ਤਾਂ ਐਕਸ ਸਕੁਏਅਰ ਨਾਲ ਇੱਥੇ ਕੋਈ ਅੱਖਰ ਨਹੀਂ ਲੱਗਾ, ਮਤਲਬ ਆਪਾਂ 1 ਮੰਨ ਸਕਦੇ ਹਾਂ। ਇਹਦਾ ਮਤਲਬ ਕਿ ਇੱਥੇ ਆਪਣੇ ਕੋਲ 1 ਆ। ਉਸ ਤੋਂ ਬਾਅਦ ਦੂਜੇ ਨੰਬਰ 'ਤੇ ਆਪਣੇ ਕੋਲ ਕੀ ਲਿਖਿਆ ਹੋਇਆ, ਇਕੱਲੇ ਐਕਸ ਦੇ ਨਾਲ ਉਹ ਆਪਣੇ ਕੋਲ ਲਿਖਿਆ ਹੋਇਆ 3। ਉਸ ਤੋਂ ਬਾਅਦ ਜਿਹੜਾ ਇਕੱਲਾ ਅੱਖਰ ਉਹ ਆਪਣੇ ਕੋਲ ਲਿਖਿਆ ਹੋਇਆ 10। ਤਾਂ ਆਪਾਂ 3 ਚੀਜ਼ਾਂ ਦੇਖਣੀਆਂ ਹੁੰਦੀਆਂ ਧਿਆਨ ਦੇ ਨਾਲ। ਜੇ ਆਪਾਂ 3 ਚੀਜ਼ਾਂ ਦੇਖ ਲਈਆਂ, ਉਸ ਤੋਂ ਬਾਅਦ ਪਹਿਲੇ ਅਤੇ ਆਖਰ ਵਾਲੇ ਅੱਖਰ ਨੂੰ ਆਪਾਂ ਕਰਦੇ ਨਹੀਂ ਗੁਣਾ। 1 ਨੂੰ ਆਪਾਂ 10 ਨਾਲ ਗੁਣਾ ਕਰੀਏ ਤਾਂ ਆਪਣੇ ਕੋਲ ਇੱਥੇ ਆਪਾਂ ਐੱਮ ਲਿਖ ਲੈਣਾ। 1 ਨੂੰ 10 ਨਾਲ ਗੁਣਾ ਕਰੀਏ ਤਾਂ ਆਪਣੇ ਕੋਲ ਬਣ ਜਾਂਦਾ ਹੁੰਦਾ 10। ਅਤੇ ਜਿਹੜਾ ਆਪਣੇ ਕੋਲ ਵਿਚਾਲੇ ਅੱਖਰ ਬਚਿਆ ਉਹਨੂੰ ਆਪਾਂ ਲਿਖ ਦੇਣਾ ਇੱਥੇ 3। ਹੁਣ ਆਪਾਂ ਕੀ ਕਰਨਾ, ਲਾਸਟ ਵਾਲੇ ਤੋਂ ਆਪਾਂ ਇਹਨੂੰ ਸਾਈਨ ਚੈੱਕ ਕਰਨਾ। ਇੱਥੇ ਸਾਈਨ ਆਪਣੇ ਕੋਲ ਮਾਈਨਸ ਦਾ, ਘਟਾਓ ਦਾ ਸਾਈਨ ਆ, ਤੁਸੀਂ ਘਟਾਓ ਦਾ ਸਾਈਨ ਉੱਪਰ ਲਿਖ ਲੈਣਾ। ਉਸ ਤੋਂ ਬਾਅਦ ਆਪਾਂ 2 ਅੱਖਰ ਇਹੋ ਜਿਹੇ ਲੱਭਣੇ ਆ ਜਿਨ੍ਹਾਂ ਦੋਨਾਂ ਨੂੰ ਜੇਕਰ ਆਪਾਂ ਘਟਾਓ ਕਰੀਏ ਤਾਂ ਆਪਣੇ ਕੋਲ ਬਣੇ 3, ਅਤੇ ਜੇਕਰ ਉਹਨਾਂ ਨੂੰ ਆਪਾਂ ਮਲਟੀਪਲਾਈ ਕਰੀਏ ਮਤਲਬ ਉਹਨਾਂ ਦੋਨਾਂ ਨੂੰ ਗੁਣਾ ਕਰੀਏ ਤਾਂ ਆਪਣੇ ਕੋਲ ਬਣੇ 10। ਦੇਖੋ ਇਹੋ ਜਿਹੇ 2 ਅੱਖਰ ਲੱਭਣੇ ਆ ਜਿਨ੍ਹਾਂ ਨੂੰ ਜੇਕਰ ਆਪਾਂ ਘਟਾਓ ਕਰੀਏ ਤਾਂ ਆਪਣੇ ਕੋਲ ਬਣੇ 3, ਅਤੇ ਜੇਕਰ ਆਪਾਂ ਉਹਨਾਂ ਨੂੰ ਗੁਣਾ ਕਰੀਏ ਤਾਂ ਆਪਣੇ ਕੋਲ ਬਣੇ 10। ਤਾਂ ਇਹੋ ਜਿਹੇ ਕਿਹੜੇ 2 ਅੱਖਰ ਆ, ਜੇ ਆਪਾਂ ਇਹੋ ਜਿਹੇ 2 ਅੱਖਰ ਦੇਖੀਏ ਤਾਂ ਆਪਣੇ ਕੋਲ ਅੱਖਰ ਹੈਗੇ ਆ 5 ਘਟਾਓ 2 3 ਹੁੰਦਾ, ਅਤੇ ਜੇ ਆਪਾਂ 5 ਨੂੰ 2 ਨਾਲ ਗੁਣਾ ਕਰ ਦਈਏ ਉਹ ਵੀ ਆਪਣੇ ਕੋਲ 10 ਹੁੰਦਾ। ਤਾਂ ਆਪਾਂ ਇਹੋ ਜਿਹੇ 2 ਅੱਖਰ ਲੱਭਣੇ ਸੀ ਜਿਨ੍ਹਾਂ ਨੂੰ ਘਟਾਓ ਕਰਕੇ 3 ਬਣੇ ਅਤੇ ਗੁਣਾ ਕਰਕੇ ਆਪਣੇ ਕੋਲ 10 ਬਣੇ। ਦੇਖੋ ਇੱਥੇ ਘਟਾਓ ਕਰਕੇ ਕਾਹਤੋਂ, ਕਿਉਂਕਿ ਆਪਾਂ ਇੱਥੋਂ ਘਟਾਓ ਦਾ ਨਿਸ਼ਾਨ ਦੇਖਿਆ, ਘਟਾਓ ਦਾ ਨਿਸ਼ਾਨ ਇੱਥੇ ਆਪਣੇ ਕੋਲ ਆਇਆ ਸੀ ਤਾਂ ਕਰਕੇ। ਜੇਕਰ ਆਪਣੇ ਕੋਲ ਇੱਥੇ ਜੋੜ ਦਾ ਨਿਸ਼ਾਨ ਹੁੰਦਾ ਤਾਂ ਫਿਰ ਆਪਾਂ ਇਹੋ ਜਿਹੇ ਅੱਖਰ ਲੱਭਣੇ ਸੀ ਜਿਨ੍ਹਾਂ ਨੂੰ ਜੋੜ ਕੇ 3 ਬਣੇ। ਤਾਂ ਇੱਥੇ ਆਪਣੇ ਕੋਲ ਘਟਾਓ ਦਾ ਨਿਸ਼ਾਨ ਸੀ ਤਾਂ ਕਰਕੇ ਆਪਣੇ ਕੋਲ 2 ਅੱਖਰ ਲੱਭਣੇ ਸੀ ਜਿਨ੍ਹਾਂ ਨੂੰ ਘਟਾ ਕੇ ਆਪਣੇ ਕੋਲ 3 ਬਣੇ। ਤਾਂ ਹੁਣ ਆਪਾਂ ਕੀ ਕਰਨਾ, ਜਿਹੜਾ 5 ਘਟਾਓ 2 ਆ ਜਿੱਥੇ ਆਪਣੇ ਕੋਲ 3 ਲਿਖਿਆ ਹੋਇਆ ਉੱਥੇ ਆਪਾਂ 5 ਘਟਾਓ 2 ਭਰ ਦੇਣਾ। ਤਾਂ ਦੇਖੋ ਸਮੀਕਰਨ ਦੇ ਵਿੱਚ ਕੀ ਕਰਾਂਗੇ, ਪਹਿਲਾਂ ਉਵੇਂ ਲਿਖ ਲੈਣਾ ਆਪਣੇ ਕੋਲ ਐਕਸ ਦੀ ਪਾਵਰ 2 ਘਟਾਓ ਉਵੇਂ, ਬਸ 3 ਦੀ ਥਾਂ 'ਤੇ ਹੁਣ ਆਪਾਂ ਇੱਥੇ ਲੈ ਦੇਣਾ 5 ਘਟਾਓ 2 ਨਾਲ ਉਹਦੇ ਐਕਸ, ਫਿਰ ਘਟਾਓ ਦੇ 10 ਬਰਾਬਰ ਆਪਣੇ ਕੋਲ 0। ਹੁਣ ਜਦੋਂ ਆਪਾਂ ਸਮੀਕਰਨ ਨੂੰ ਖੋਲ੍ਹਾਂਗੇ, ਦੇਖੋ ਸਮੀਕਰਨ ਦੇ ਬਾਹਰ ਜੇ ਆਪਾਂ ਦੇਖੀਏ ਘਟਾਓ ਦਾ ਨਿਸ਼ਾਨ ਲੱਗਾ ਹੋਇਆ, ਜਿਹੜੀ ਆਪਣੇ ਕੋਲ ਬ੍ਰੈਕਟ ਆ ਬ੍ਰੈਕਟ ਦੇ ਬਾਹਰ ਘਟਾਓ ਦਾ ਨਿਸ਼ਾਨ ਆ। ਤਾਂ ਜੇਕਰ ਬ੍ਰੈਕਟ ਦੇ ਬਾਹਰ ਆਪਣੇ ਕੋਲ ਘਟਾਓ ਦਾ ਨਿਸ਼ਾਨ ਹੋਵੇ ਤਾਂ ਜਿਹੜੀ ਆਪਣੇ ਕੋਲ ਬ੍ਰੈਕਟ ਦੇ ਅੰਦਰ ਮੁੱਲ ਹੁੰਦੇ ਆ, ਜਿਵੇਂ ਇੱਥੇ ਆਪਣੇ ਕੋਲ 5 ਆ, 5 ਨੇ ਘਟਾਓ ਦਾ ਬਣ ਜਾਣਾ ਅਤੇ 2 ਘਟਾਓ ਦਾ ਪਹਿਲਾਂ ਤਾਂ ਇਹਨੇ ਜੋੜ ਦਾ ਬਣ ਜਾਣਾ, ਤਾਂ ਇਹਨਾਂ ਦੇ ਨਾਲ ਐਕਸ ਲੱਗ ਗਿਆ ਨਹੀਂ। ਤਾਂ ਆਪਣੇ ਕੋਲ ਜਿਹੜੀ ਆਪਾਂ ਬ੍ਰੈਕਟ ਨੂੰ ਓਪਨ ਕਰਾਂਗੇ, ਬ੍ਰੈਕਟ ਨੂੰ ਖੋਲ੍ਹਾਂਗੇ ਤਾਂ ਆਪਣੇ ਕੋਲ ਬਣ ਜਾਣਾ 5x, ਇੱਥੇ ਬਣ ਜਾਣਾ ਜੋੜ ਦੇ 2x ਘਟਾਓ ਦੇ 10 ਬਰਾਬਰ 0। ਦੇਖੋ ਪਹਿਲੀਆਂ ਦੋਨੇ ਰਕਮਾਂ ਦੇ ਵਿੱਚ ਜਿੱਥੇ ਆਪਣੇ ਕੋਲ ਐਕਸ ਦੀ ਪਾਵਰ 2 ਅਤੇ 5x ਲਿਖਿਆ ਹੋਇਆ, ਜੇਕਰ ਆਪਾਂ ਇਹਨਾਂ ਦੋਨਾਂ ਦੇ ਵਿੱਚ ਦੇਖੀਏ ਕੋਮਨ ਕਿਹੜੀ ਚੀਜ਼ ਆਉਂਦੀ ਹੈ, ਜੇ ਆਪਾਂ ਇਹਨਾਂ 'ਚ ਕੋਮਨ ਦੇਖੀਓ ਐਕਸ ਦੀ ਪਾਵਰ 2 ਇੱਥੇ ਲਿਖਿਆ ਆਪਣੇ ਕੋਲ 5x, ਤਾਂ ਇਹਨਾਂ ਵਿੱਚ ਕਿਹੜੀ ਚੀਜ਼ ਕੋਮਨ ਆਉਂਦੀ ਹੈ? ਤਾਂ ਇਹਨਾਂ ਵਿੱਚ ਜੇ ਆਪਾਂ ਦੇਖੀਏ ਧਿਆਨ ਨਾਲ ਤਾਂ ਐਕਸ ਕੋਮਨ ਆਉਂਦੀ ਹੈ। ਦੇਖੋ ਜੇ ਆਪਾਂ ਇਹਨੂੰ ਖੋਲ੍ਹ ਕੇ ਵੀ ਲਿਖੀਏ, ਮੈਂ ਇਹਨੂੰ ਖੋਲ੍ਹ ਕੇ ਲਿਖ ਦਿੰਦਾ, ਦੇਖੋ ਧਿਆਨ ਨਾਲ ਐਕਸ ਦੀ ਪਾਵਰ 2 ਨੂੰ ਆਪਾਂ ਲਿਖ ਸਕਦੇ ਹਾਂ ਐਕਸ ਗੁਣਾ ਐਕਸ, 5x ਨੂੰ ਮੈਂ ਲਿਖ ਸਕਦਾ 5 ਗੁਣਾ ਐਕਸ, ਅਤੇ 2x ਨੂੰ ਮੈਂ ਲਿਖ ਸਕਦਾ 2 ਗੁਣਾ ਐਕਸ, ਅਤੇ 10 ਨੂੰ ਮੈਂ ਲਿਖ ਸਕਦਾ 2 ਗੁਣਾ 5। ਮੈਂ ਇਹਨਾਂ ਨੂੰ ਖੋਲ੍ਹ ਕੇ ਲਿਖ ਦਿੰਦਾ ਤਾਂ ਕਿ ਕੋਮਨ ਚੀਜ਼ਾਂ ਕੱਢ ਕੇ ਕਿਵੇਂ ਬਾਹਰ ਲਿਖਣੀਆਂ ਆਪਾਂ ਨੂੰ ਸਮਝ ਲੱਗ ਜੇ। ਦੇਖੋ ਪਹਿਲੇ ਦੇ ਵਿੱਚੋਂ ਐਕਸ, ਦੂਜੇ ਦੇ ਵਿੱਚ ਐਕਸ, ਤਾਂ ਮੈਂ ਐਕਸ ਇਹਨਾਂ ਦੀ ਕੋਮਨ ਬਾਹਰ ਕੱਢ ਕੇ ਲਿਖ ਲੈਂਦਾ। ਬ੍ਰੈਕਟ ਦੇ ਵਿੱਚ ਮੇਰੇ ਕੋਲ ਕੀ ਬਚੂਗਾ, ਦੇਖੋ ਪਹਿਲੇ ਦੇ ਵਿੱਚੋਂ ਐਕਸ ਕੋਮਨ ਕੱਢ ਲਈ ਤਾਂ 1x ਬਚ ਗਈ, ਦੂਜੀ ਰਕਮ ਦੇ ਵਿੱਚੋਂ ਐਕਸ ਕੋਮਨ ਕੱਢਾਂਗੇ ਤਾਂ ਆਪਣੇ ਕੋਲ ਬਚ ਜਾਣਾ 5। ਉਵੇਂ ਆਪਾਂ ਅਗਲੇ ਸਵਾਲ ਦੇ ਵਿੱਚ ਦੇਖੀਏ, ਅਗਲੀਆਂ ਰਕਮਾਂ ਦੇ ਵਿੱਚ ਦੇਖੀਏ, ਇਹਦੇ ਵਿੱਚ 2 ਲਿਖਿਆ ਹੋਇਆ, ਇੱਥੇ ਵੀ ਆਪਣੇ ਕੋਲ 2 ਲਿਖਿਆ ਹੋਇਆ, ਤਾਂ ਮੈਂ ਕੀ ਕਰਦਾ ਜੋੜ ਦਾ 2 ਬਾਰ ਕੱਢ ਲੈਂਦਾ। ਜਦੋਂ 2 ਬਾਰ ਕੱਢੂੰਗਾ ਤਾਂ ਮੇਰੇ ਕੋਲ ਪਹਿਲੀ ਰਕਮ ਦੇ ਵਿੱਚ ਕੀ ਬਚਣਾ ਐਕਸ, ਦੂਜੀ ਰਕਮ ਦੇ ਵਿੱਚ ਮੇਰੇ ਕੋਲ 5 ਬਚ ਜਾਣਾ ਬਰਾਬਰ ਆ ਗਿਆ ਆਪਣੇ ਕੋਲ 0 ਦੇ।
हम देखो ध्यान दे नाल इत्थे लिखा होया x माइनस 5 इत्थे लिखा होया x माइनस 5 तो इन्हों मैं एक बार लिख लैना इन्हों कॉमन कढ़ के तो मेरे को बन जाना एक्स घटाओ 5 तो जेडे मेरे को बाकी बचे दो चीज़ा वो मेरे को एक्स तो जोड़ दे 2 इन्हों मैं लिख लूँगा ये मेरे को बन जाना एक्स जोड़ 2 बराबर आ गया है 0 दे। हम देखो अपने को गुणा दे विच कोई चीज़ 0 कदों हो सकती जे आप दो रकमों गुणा करिए तो 0 कदों हो सकती है मान लो आप किसी दो रकमों गुणा करना मतलब 4 ना कि रकम गुणा करिए 0 बने 0 नाल यदा मतलब कि इन्हों जो आ पूरी की पूरी रकम 0 आ जा फिर आ पूरी की पूरी रकम 0 आ पर आपां नूं पता नहीं आप दोनों नूं 0 के बराबर कर देंगे आप इतने लिख दें एक्स घटाओ 5 बराबर 0 जा फिर अपने को एक्स जोड़ 2 बराबर 0 देखो इतों घटाओ दे 5 तो इधरले पास जाएंगे इन्होंने जोड़ दे 5 बन जाना तो यह अपने को बन जाना एक्स बराबर 5 जा फिर जिहड़ा अपने को 2 आ 2 जो दूजे पास जाने घटाओ का बन जाना यदा मतलब एक्स बराबर घटाओ दे 2 मतलब एक्स के 2 मूल आ गए जो एक्स का मुल अपने को 5 होगा ज फिर एक्स का मुल अपने को घटाओ दे 2 हो गए मतलब गुणन खंडन विधि ने आप दो मूल पता करने से जेडे इतने भरने जी अपने को समीकरण दी है जेकर आप मुल भरा तो उन्हें 0 बन जाना तो अपने को जो 2 मूल आए वो अपने को एक्स इज इक्वल टू 5 एंड एक्स बराबर है माइनस 2 दे तो यह अपने को सवाल से इस तो बाद आप इसका दूजा सवाल देखते हैं दूजा सवाल जो उन्होंने दिता होया है दूजे सवाल में लिखा है 2x2 प्लस जोड़ का एक्स घटाओ का 6 बराबर 0 देखो आप सवाल दे पहला की करते होंगे पहला काम अपना की है एक्स स्क्वेयर ना की लिखा हुआ इतने 2 कल्ली एक्स ना की लिखा हुआ कुछ नहीं तो 1 इस बाद अपने को लिखा हुआ 6 तो पहला आखिर वाली जी अपने को नंबर इन्हों दोनों गुणा कर लेनी तो एम अपने को कितना आ गया 12 एस अपने को कितना आ जाना इतों 1 उस तो बाद आप करते होंगे कोई 2 अक्षर लभदे हैं पर उस तो पहला 2 अक्षर लभन तो पहला आप चैक कर लें निशान कड़ा घटाओ का तो आप इतने घटाओ लिख लें तो आप 2 अक्षर यहोज लभने जिन्हों दोनों जेकर आप गुणा करिए 12 बने जेकर घटाओ करिए 1 बने तो वह जड़िया 2 रकम जो 2 अक्षर आ वो अपने को बन जाएंगे फिर 4 घटाओ 3 चारा चो 3 घटाओ करा तो अपने को 1 आऊगा चारा 3 नाल गुणा करा तो अपने को 12 बनता फिर उस तो बाद आप करना होना जिते एक्स लिखा वा एक्स के नाल 1 मन के चलते आप मतलब उस जगह के उपर आप लिख देना 4 घटाओ 3 तो आप 4 घटाओ 3 लिख देंगे अपना सवाल हल हो जाना बाकी सारी की सारी रकम उवें देखो 2x2 उवें फिर जोड़ता निशान इतने आप 1 मन के चले सी करके इतने आप लिख देंगे 4 घटाओ 3 नाल एक्स माइनस दे 6 बराबर 0 2x2 उवें आया ना जो ब्रैकेट न खोलेंगे बार प्लस का निशान आ करके कोई फर्क नहीं पैना 4 नाल एक्स लग गया ना माइनस 3 दे नाल एक्स लग गया ना इतने अपने को घटाओ दे 6 आ जाने बराबर आ जाना अपने को 0 तो फिर मैं इन्हों थोड़ा खोल के लिख लेना मैं 2 लिख सकता x2 आ मैं 2 बार लिख देना एक्स गुणा एक्स उस तो बाद 4 मैं लिख सकता 2 गुणा 2 नाल एक्स देखो ध्यान मैं लिखा किमें जोड़ा मेरे को 2x2 इनू मैं खोल के लिखता 2 लिख के बाद एक्स 2 बारी गुणा करती जोड़ा मेरे को 4x सेगा उन्होंने पहला मैं 4 2 गुणा 2 लिखता देखो उस तो बाद नाल उहदे एक्स पाती तो उस तरह मैं अगे 3 लिख सकता 3 मैं लिख दिना 3 गुणा x तो 6 मैं लिख दिना वा 3 गुणा 2 तो बराबर मेरे को आ गया है 0 दे उस तो बाद आप करना पहलियां रकमों में कॉमन देख लो इतने एक 2 आ इतने भी अपने को 2 आ इतने अपने को एक्स आ इतने भी अपने को एक्स आ मतलब जी चीज़ कॉमन आ गई वो मेरे को आ गई 2x इतों अपने को 2x बाहर चला गया इतने की अपने को रह गया कला एक्स तो इतों अपने को 2x बाहर चला गया कला की रह गया अपने को 2 देखो अगली रकम जो आप ध्यान ना देखिए इन्हों के कि चीज़ कॉमन आई जाती एक तो 3 आई जाता देखो इतों एक दोनों के अपने को माइनस भी आ तो माइनस 3 बार कॉमन आ जूगा माइनस 3 आप बहर क्ढ के लिख लें तो माइनस 3 बचिया कि अपने को इतों कला एक्स बचिया इतों कला 2 बचिया जोड़ 2 क्योंकि माइनस आप पहला बहर क्ढ लिया तो अपने को जोड़ 2 आऊगा इतों
ਉਸ ਤੋਂ ਬਾਅਦ ਧਿਆਨ ਨਾਲ ਦੇਖੋ x ਪਲੱਸ 2 ਇੱਥੇ ਵੀ ਆਪਣੇ ਕੋਲ x ਪਲੱਸ 2 ਲਿਖਿਆ ਹੋਇਆ ਵਾ ਤਾਂ ਕਰਕੇ ਇਹ ਸਾਰੀ ਦੀ ਸਾਰੀ ਰਕਮ ਬਾਹਰ ਆ ਜੂਗੀ ਤਾਂ ਆਪਣੇ ਕੋਲ ਕੀ ਬਣ ਜਾਣਾ ਇਹਨੇ ਬਣ ਜਾਣਾ x ਪਲੱਸ 2 ਇਹਦੋਂ ਬਿਨਾਂ ਆਪਣੇ ਕੋਲ ਕੀ ਬਚਿਆ 2x ਘਟਾਓ 3 ਬਰਾਬਰ 0 ਹੁਣ ਦੇਖੋ ਗੁਣਾਂ ਦੇ ਵਿੱਚ ਆਪਣੇ ਕੋਲ ਦੋ ਚੀਜ਼ਾਂ ਜ਼ੀਰੋ ਹੁੰਦੀਆਂ ਜ਼ੀਰੋ ਕਦੋਂ ਹੁੰਦੀਆਂ ਆਪਾਂ ਨੂੰ ਪਤਾ ਕਿ ਦੋਨਾਂ ਦੇ ਵਿੱਚੋਂ ਕੋਈ ਨਾ ਕੋਈ ਇੱਕ ਜ਼ੀਰੋ ਹੋਊਗੀ ਇਹਦਾ ਮਤਲਬ ਜਾਂ ਤਾਂ x ਜੋੜ 2 ਬਰਾਬਰ 0 ਹੋਊ ਜਾਂ ਫਿਰ 2x ਘਟਾਓ 3 ਬਰਾਬਰ 0 ਹੋਊ ਪਹਿਲੀ ਰਕਮ ਦੇ ਵਿੱਚ ਜੇਕਰ ਆਪਾਂ ਦੇਖੀਏ 2 ਨੂੰ ਦੂਜੇ ਪਾਸੇ ਲੈ ਕੇ ਜਾਵਾਂਗੇ ਤਾਂ ਇਹਨੇ ਘਟਾਓ ਦਾ ਬਣ ਜਾਣਾ ਇਹਦਾ ਮਤਲਬ x ਦਾ ਮੁੱਲ ਆਪਣੇ ਕੋਲ ਆ ਜਾਣਾ ਘਟਾਓ ਦੇ 2 ਦੂਜੀ ਰਕਮ ਵਿੱਚ ਜੇਕਰ ਆਪਾਂ ਧਿਆਨ ਨਾਲ ਦੇਖੀਏ ਤਾਂ ਪਹਿਲਾਂ ਆਪਣੇ ਕੋਲ ਜਿਹੜਾ 3 ਲਿਖਿਆ ਹੋਇਆ ਦੂਜੇ ਪਾਸੇ ਜਾਊਗਾ ਇਹਨੇ ਬਣ ਜਾਣਾ ਜੋੜ ਦਾ 3 ਇਹ ਬਣ ਜਾਣਾ 2x ਬਰਾਬਰ 3 ਜਿਹੜਾ 2 ਆਏ ਨੇ ਉੱਧਰ ਜਾ ਕੇ ਡਿਵਾਈਡ ਹੋ ਜਾਣਾ ਉਹਦੇ ਨਾਲ ਥੱਲੇ ਲੱਗ ਜਾਣਾ ਜਾ ਕੇ ਭਾਗ ਹੋ ਜਾਣਾ ਤਾਂ ਆਪਣੇ ਕੋਲ x ਦਾ ਮੁੱਲ ਆ ਜਾਣਾ 3 ਵਟੇ 2 ਤਾਂ ਆਪਣੇ ਕੋਲ x ਦੇ 2 ਮੁੱਲ ਆ ਗਏ ਇੱਕ ਮੁੱਲ ਆਇਆ ਆਪਣੇ ਕੋਲ ਮਾਈਨਸ ਦੇ 2 ਇੱਕ ਆਪਣੇ ਕੋਲ ਆ ਗਿਆ 3 ਵਟੇ 2 ਇਸ ਨੂੰ ਸਵਾਲ ਨੂੰ ਚੰਗੀ ਤਰ੍ਹਾਂ ਜੇ ਨਹੀਂ ਪਤਾ ਲੱਗਦਾ ਤਾਂ ਇੱਕ ਦੋ ਵਾਰ ਰਿਪੀਟ ਕਰਕੇ ਦੇਖਿਓ ਫਿਰ ਵੀ ਨਹੀਂ ਪਤਾ ਲੱਗਦਾ ਤਾਂ ਕਮੈਂਟ ਬਾਕਸ ਵਿੱਚ ਜਾ ਕੇ ਟਾਈਪ ਵੀ ਕਰ ਸਕਦੇ ਹੋ ਮੈਂ ਇਸ ਦੇ ਰਿਗਾਰਡਿੰਗ ਵੀਡੀਓ ਬਣਾ ਦੇਵਾਂਗਾ ਬਟ ਜਿਹੜੇ ਆਪਣੇ ਕੋਲ ਮੂਲ ਕੱਢਣੇ ਸੀ ਮੂਲ ਤੁਸੀਂ ਦੇਖ ਲਏ ਆ ਦੇਖੋ ਜਿਹੜਾ ਆਪਣੇ ਕੋਲ ਆ x ਦਾ ਮੁੱਲ ਆ ਗਿਆ ਇੱਕ ਮਾਈਨਸ ਦਾ 2 ਅਤੇ ਜਿਹੜਾ ਆਪਣੇ ਕੋਲ ਇੱਥੇ x ਦਾ ਮੁੱਲ ਆ ਗਿਆ ਮਾਈਨਸ 3 ਵਟੇ 2 ਇਕੱਲਾ 3 ਵਟੇ 2 ਸੋਰੀ ਉਹ ਆਪਣੇ ਕੋਲ ਇਹਨਾਂ ਦੇ ਮੂਲ ਆ ਜਾਂਦੇ ਆ ਮੂਲ ਦਾ ਮਤਲਬ ਹੁੰਦਾ ਕਿ ਜੇਕਰ ਤੁਸੀਂ ਜਿਹੜੀ ਆਪਣੇ ਕੋਲ ਸਮੀਕਰਨ ਦਿੱਤੀ ਆ ਸਮੀਕਰਨ ਦੇ ਵਿੱਚ ਜੇਕਰ ਤੁਸੀਂ ਇਸ ਮੂਲ ਦੇ ਜਿਹੜੇ ਮੁੱਲ ਆ ਉਹ ਭਰੋਗੇ ਤਾਂ ਇਹਨੇ 0 ਬਣ ਜਾਣਾ ਤਾਂ ਇਹ ਆਪਣੇ ਕੋਲ ਸਵਾਲ ਸੀ ਸਵਾਲ ਨੰਬਰ 2 ਇਸ ਤੋਂ ਬਾਅਦ ਆਪਾਂ ਸਵਾਲ ਨੰਬਰ 3 ਦੇਖਾਂਗੇ ਤਾਂ ਤੀਜਾ ਸਵਾਲ ਆਪਾਂ ਦੇਖਦੇ ਹਾਂ ਤੀਜੇ ਸਵਾਲ ਵਿੱਚ ਉਹਨਾਂ ਨੇ ਰੂਟ ਵਿੱਚ ਵੈਲਿਊ ਦਿੱਤੀ ਹੋਈ ਹੈ ਦੇਖੋ ਅੰਡਰ ਰੂਟ 2 x ਦੀ ਪਾਵਰ 2 ਉਸ ਤੋਂ ਬਾਅਦ ਉਹਨਾਂ ਨੇ ਲਿਖਿਆ ਹੋਇਆ 7x ਸੋਰੀ ਜੋੜ ਦਾ 7x ਫਿਰ ਉਹਨੇ ਪਾਇਆ ਹੋਇਆ ਵਾ ਜੋੜ ਦਾ 5 ਵਰਗਮੂਲ 2 ਬਰਾਬਰ 0 ਦੇਖੋ ਕੰਮ ਆਪਾਂ ਪਹਿਲਾਂ ਵਾਲਾ ਹੀ ਕਰਨਾ ਜਿਵੇਂ ਆਪਾਂ ਕੀਤਾ ਸੀ x ਦੀ ਪਾਵਰ 2 ਨਾਲ ਆਪਣੇ ਕੋਲ ਇੱਥੇ ਲੱਗਾ ਹੋਇਆ ਵਾ ਅੰਡਰ ਰੂਟ ਹੈ 2 ਉਸ ਤੋਂ ਬਾਅਦ ਇੱਥੇ ਆਪਣੇ ਕੋਲ ਲੱਗਾ ਹੋਇਆ 7 ਇੱਥੇ ਲੱਗਾ ਆਪਣੇ ਕੋਲ 5 ਅੰਡਰ ਰੂਟ 2 ਤਾਂ ਆਪਣਾ ਕੰਮ ਕੀ ਹੁੰਦਾ ਸੀ ਪਹਿਲੇ ਦੇ ਆਖਰ ਵਾਲੇ ਨੂੰ ਗੁਣਾ ਕਰ ਲੈਣਾ ਪਹਿਲੇ ਦੇ ਆਖਰ ਵਾਲੇ ਨੂੰ ਜਦੋਂ ਆਪਾਂ ਗੁਣਾ ਕਰਾਂਗੇ ਹੁਣ ਗੁਣਾ ਕਿਵੇਂ ਕਰਨੀ ਪਹਿਲਾਂ ਗੁਣਾ ਹੀ ਦੇਖ ਲਈਏ ਦੇਖੋ ਇੱਥੇ ਆਪਣੇ ਕੋਲ ਲਿਖਿਆ ਹੋਇਆ ਵਾ ਵਰਗਮੂਲ 2 ਉਸ ਤੋਂ ਬਾਅਦ ਗੁਣਾ ਦਾ ਨਿਸ਼ਾਨ ਪਾ ਕੇ ਆਪਾਂ ਪਾਵਾਂਗੇ 5 ਵਰਗਮੂਲ 2 ਦੇਖੋ 5 ਨੇ ਤਾਂ ਹੀ ਰਹਿ ਜਾਣਾ ਵਰਗਮੂਲ 2 ਨੂੰ ਜੇਕਰ ਆਪਾਂ ਵਰਗਮੂਲ 2 ਨਾਲ ਗੁਣਾ ਕਰੀਏ ਤਾਂ ਕੀ ਬਣਦਾ ਹੁੰਦਾ ਆਪਾਂ ਇਹ ਦੇਖ ਲੈਂਦੇ ਹਾਂ ਵਰਗਮੂਲ 2 ਗੁਣਾ ਵਰਗਮੂਲ 2 ਜੇਕਰ ਆਪਾਂ ਵਰਗਮੂਲ 2 ਨੂੰ ਵਰਗਮੂਲ 2 ਨਾਲ ਗੁਣਾ ਕਰੀਏ ਤਾਂ ਹੁੰਦਾ ਆਪਣੇ ਕੋਲ 2 ਯਾਦ ਰੱਖੋ ਵਰਗਮੂਲ 2 ਨੂੰ ਵਰਗਮੂਲ 2 ਨਾਲ ਗੁਣਾ ਕਰਾਂਗੇ ਤਾਂ ਆਪਣੇ ਕੋਲ 2 ਹੁੰਦਾ ਤਾਂ ਆਪਣੇ ਕੋਲ ਬਣ ਜਾਣਾ 10 ਕਿਸੇ ਵੀ ਰਕਮ ਨੂੰ ਜਿਵੇਂ ਆਪਣੇ ਕੋਲ ਵਰਗਮੂਲ 3 ਆ ਉਹਨੂੰ ਆਪਾਂ ਵਰਗਮੂਲ 3 ਨਾਲ ਗੁਣਾ ਕਰਾਂਗੇ ਉਹਨੇ 3 ਬਣ ਜਾਣਾ ਵਰਗਮੂਲ 5 ਨੂੰ ਵਰਗਮੂਲ 5 ਨਾਲ ਗੁਣਾ ਕਰਾਂਗੇ 5 ਬਣ ਜਾਣਾ ਤਾਂ ਇਸੇ ਤਰ੍ਹਾਂ ਆਪਾਂ ਬਾਕੀ ਵੀ ਕਰ ਸਕਦੇ ਹਾਂ ਤਾਂ ਇਹਦਾ ਮਤਲਬ ਕਿ ਵਰਗਮੂਲ 2 ਨੂੰ 5 ਵਰਗਮੂਲ 2 ਨਾਲ ਗੁਣਾ ਕਰਾਂਗੇ ਤਾਂ ਆਪਣੇ ਕੋਲ ਬਣ ਜਾਣਾ ਉਹਨੇ 10 ਉਸ ਤੋਂ ਬਾਅਦ ਆਪਾਂ ਐਸ ਲਿਖਾਂਗੇ ਇੱਥੇ ਐਸ ਦੇ ਥੱਲੇ ਆਪਣੇ ਕੋਲ ਆ ਜਾਣਾ 7 ਨਿਸ਼ਾਨ ਇੱਥੋਂ ਚੈੱਕ ਕਰਾਂਗੇ ਤਾਂ ਆਪਣੇ ਕੋਲ ਜੋੜ ਦਾ ਵਾ ਤਾਂ ਆਪਾਂ ਇੱਥੇ ਵਧਾਂਗੇ ਜੋੜ ਤਾਂ ਇਹ ਆਪਣੇ ਕੋਲ ਸਿੰਪਲ ਜਿਹਾ ਵਾ ਆਪਾਂ ਇੱਥੇ ਦੇਖ ਲੈਣਾ ਇਹ ਤੋਂ ਬਾਅਦ ਆਪਾਂ 2 ਮੁੱਲ ਇਹੋ ਜਿਹੇ ਲੱਭਦੇ ਹੁੰਦੇ ਹਾਂ ਜਿਨ੍ਹਾਂ ਦੋਨਾਂ ਨੂੰ ਜੇਕਰ ਆਪਾਂ ਜੋੜੀਏ ਤਾਂ 7 ਬਣੇ ਜੇਕਰ ਆਪਾਂ ਉਹਨਾਂ ਨੂੰ ਗੁਣਾ ਕਰੀਏ ਤਾਂ 10 ਬਣੇ ਦੇਖੋ ਜੋੜੀਏ ਕਦੋਂ ਕਿਉਂਕਿ ਇੱਥੇ ਨਿਸ਼ਾਨ ਆਪਣੇ ਕੋਲ ਜੋੜ ਦਾ ਆ ਗਿਆ ਪਹਿਲਾਂ ਆਪਣੇ ਕੋਲ ਘਟਾਓ ਦਾ ਨਿਸ਼ਾਨ ਆਇਆ ਸੀ ਤਾਂ ਕਰਕੇ ਆਪਾਂ ਘਟਾ ਕੇ ਰਕਮਾਂ ਦੇਖੀਆਂ ਸੀ ਆਪਣੇ ਕੋਲ 2 ਰਕਮਾਂ ਇਹੋ ਜਿਹੀਆਂ ਦੇਖੋ ਜਿਨ੍ਹਾਂ ਨੂੰ ਜੋੜ ਕੇ 7 ਬਣੇ ਅਤੇ ਗੁਣਾ ਕਰਕੇ ਆਪਣੇ ਕੋਲ 10 ਬਣੇ ਤਾਂ ਉਹ ਆਪਣੇ ਕੋਲ 2 ਰਕਮਾਂ ਕੀ ਆ 5 ਦੇ ਵਿੱਚ ਜੇਕਰ ਤੁਸੀਂ 2 ਨੂੰ ਜੋੜੋਗੇ ਤਾਂ ਉਹ ਆਪਣੇ ਕੋਲ 7 ਹੁੰਦਾ 5 ਨੂੰ ਜੇਕਰ ਤੁਸੀਂ 2 ਨਾਲ ਗੁਣਾ ਕਰੋਗੇ ਤਾਂ ਉਹ ਆਪਣੇ ਕੋਲ 10 ਹੁੰਦਾ ਤਾਂ ਆਪਣੇ ਕੋਲ 2 ਰਕਮਾਂ ਆ ਗਈਆਂ ਆਪਾਂ ਕੀ ਕਰਾਂਗੇ 7 ਦੀ ਥਾਂ 'ਤੇ ਜਿੱਥੇ 7 ਲਿਖਿਆ ਹੋਇਆ ਉੱਥੇ ਆਪਾਂ 5 ਜੋੜ 2 ਭਰ ਦਾਂਗੇ ਤਾਂ ਸਵਾਲ ਨੂੰ ਆਪਾਂ ਸ਼ੁਰੂ ਕਰਦੇ ਹਾਂ ਇੱਥੇ ਆਪਣੇ ਕੋਲ ਬਣ ਜਾਣਾ ਅੰਡਰ ਰੂਟ ਵਰਗਮੂਲ 2 ਐਕਸ ਦੀ ਪਾਵਰ 2 ਜੋੜ ਜਿੱਥੇ ਆਪਣੇ ਕੋਲ 7 ਲਿਖਿਆ ਉੱਥੇ ਆਪਾਂ ਲੈ ਦਾਂਗੇ 5 ਜੋੜ 2 ਐਕਸ ਜੋੜ 5 ਵਰਗਮੂਲ 2 ਬਰਾਬਰ 0 ਤਾਂ ਸਵਾਲ ਨੂੰ ਆਪਾਂ ਹੱਲ ਕਰਾਂਗੇ ਅੱਗੇ ਬ੍ਰੈਕਟ ਨੂੰ ਖੋਲ੍ਹਾਂਗੇ ਜਦੋਂ ਆਪਾਂ ਬ੍ਰੈਕਟ ਨੂੰ ਖੋਲ੍ਹਾਂਗੇ ਤਾਂ ਕਿਉਂਕਿ ਬ੍ਰੈਕਟ ਦੇ ਬਾਹਰ ਪਲੱਸ ਆ ਤਾਂ ਸਾਈਨ ਤਾਂ ਇਹਨਾਂ ਦੇ ਬਦਲਨੇ ਨਹੀਂ ਨਾਲ ਸਿਰਫ ਐਕਸ ਲੱਗ ਜੂਗੀ ਇੱਥੇ ਆਪਣੇ ਕੋਲ ਬਣ ਜਾਣਾ 5x ਇੱਥੇ ਆਪਣੇ ਕੋਲ ਬਣ ਜਾਣਾ 2x ਇੱਥੇ ਆਪਣੇ ਕੋਲ ਬਣ ਜਾਣਾ 5 ਵਰਗਮੂਲ 2 ਬਰਾਬਰ 0 ਹੁਣ ਇੱਥੇ ਇੱਕ ਧਿਆਨ ਦੇਣ ਯੋਗ ਗੱਲ ਜਿਹੜੀ ਆਪਣੇ ਕੋਲ ਆਪਾਂ ਪਹਿਲਾਂ ਹੁਣੇ ਉੱਪਰ ਦੇਖ ਕੇ ਆਏ ਹਾਂ ਜਦੋਂ ਆਪਾਂ ਗੁਣਾ ਕੀਤੀ ਸੀ ਆਪਾਂ ਕਿਹਾ ਸੀ ਵਰਗਮੂਲ 2 ਨੂੰ ਜੇਕਰ ਅਸੀਂ ਵਰਗਮੂਲ 2 ਨਾਲ ਗੁਣਾ ਕਰਦੇ ਹਾਂ ਤਾਂ ਉਹ ਆਪਣੇ ਕੋਲ 2 ਹੁੰਦਾ
ਉਵੇਂ ਜੇਕਰ ਆਪਣੇ ਕੋਲ ਕਿਤੇ ਦੋ ਲਿਖਿਆ ਗਿਆ ਹੋਵੇ ਤਾਂ ਆਪਾਂ ਉਹਨੂੰ ਤੋੜ ਕੇ ਲਿਖਣਾ ਹੋਵੇ ਤਾਂ ਆਪਾਂ ਲਿਖ ਸਕਦੇ ਹਾਂ ਵਰਗਮੂਲ ਦੋ ਗੁਣਾ ਵਰਗਮੂਲ ਦੋ, ਕਿਉਂਕਿ ਵਰਗਮੂਲ ਦੋ ਨੂੰ ਵਰਗਮੂਲ ਦੋ ਨਾਲ ਗੁਣਾ ਕਰਕੇ ਦੋ ਹੀ ਬਣਦਾ। ਤਾਂ ਆਪਾਂ ਇੱਥੇ ਇਸ ਸਟੈਪ ਨੂੰ ਵਰਤਾਂਗੇ। ਦੇਖੋ ਕਿਵੇਂ, ਆਪਣੇ ਕੋਲ ਪਹਿਲੀ ਰਕਮ ਦਿੱਤੀ ਹੋਈ ਆ ਵਰਗਮੂਲ ਦੋ ਐਕਸ ਦੀ ਪਾਵਰ ਦੋ, ਤਾਂ ਮੈਂ ਗੁਣਾ 'ਚ ਪਾ ਕੇ ਲਿਖ ਦਿੰਦਾ ਵਰਗਮੂਲ ਦੋ ਗੁਣਾ ਐਕਸ ਗੁਣਾ ਐਕਸ। ਉਸ ਤੋਂ ਬਾਅਦ ਜੋੜ ਦਾ ਨਿਸ਼ਾਨ, ਫਿਰ ਮੇਰੇ ਕੋਲ ਹੈਗਾ ਪੰਜ, ਇਹਨੂੰ ਮੈਂ ਗੁਣਾ 'ਚ ਪਾ ਕੇ ਲਿਖ ਦਿੰਦਾ ਐਕਸ, ਥੋੜ੍ਹਾ ਖੋਲ੍ਹ ਕੇ ਲਿਖ ਦਿੰਦੇ। ਹੁਣ ਇੱਥੇ ਥੋੜ੍ਹਾ ਜਿਹਾ ਟਵਿਸਟ ਹੈ, ਦੇਖੋ ਇੱਥੇ ਆਪਾਂ ਥੋੜ੍ਹਾ ਜਿਹਾ ਆਪਣਾ ਦਿਮਾਗ ਲਾਉਣਾ ਕਿ ਜਿਹੜਾ ਆਪਣੇ ਕੋਲ ਦੋ ਆ, ਜਿਹੜਾ ਆਪਣੇ ਕੋਲ ਇੱਥੇ ਦੋ ਲਿਖਿਆ ਹੋਇਆ, ਇਹਨੂੰ ਆਪਾਂ ਵਰਗਮੂਲ ਦੋ ਗੁਣਾ ਵਰਗਮੂਲ ਦੋ ਲਿਖਣਾ। ਤਾਂ ਫਿਰ ਆਪਣੇ ਮਨ 'ਚ ਆਊਗਾ ਕਿ ਆਪਾਂ ਇਹ ਕਾਹਤੋਂ ਕਰਨਾ, ਇਹਦਾ ਕਾਰਨ ਕੀ। ਦੇਖੋ ਕਾਰਨ ਤਾਂ ਇਹ ਆ ਕਿ ਜੇ ਆਪਾਂ ਪਹਿਲੀ ਰਕਮ ਨੂੰ ਇਹਨੂੰ ਦੇਖੀਏ ਧਿਆਨ ਨਾਲ, ਤਾਂ ਇਹਨੂੰ ਰਕਮ ਨੂੰ ਦੇਖੀਏ, ਇਹਨਾਂ ਦੋਨਾਂ ਵਿੱਚ ਕੋਈ ਚੀਜ਼ ਕੋਮਨ ਨਹੀਂ ਆ ਰਹੀ। ਪਰ ਜੇ ਆਪਾਂ ਦੋ ਨੂੰ ਵਰਗਮੂਲ ਦੋ ਗੁਣਾ ਵਰਗਮੂਲ ਦੋ ਕਰਾਂਗੇ ਤਾਂ ਆਪਣੇ ਕੋਲ ਰਕਮ ਇੱਕ ਕੋਮਨ ਆਜੂ, ਜਿਹਨੂੰ ਆਪਾਂ ਬਾਹਰ ਕੱਢ ਲਾਂਗੇ, ਤਾਂ ਆਪਣਾ ਸਵਾਲ ਹੱਲ ਹੋ ਜੂ। ਜੇਕਰ ਤੁਸੀਂ ਇਹਨੂੰ ਨਹੀਂ 'ਚ ਬਦਲਦੇ ਤਾਂ ਤੁਹਾਡਾ ਸਵਾਲ ਹੱਲ ਨਹੀਂ ਹੋਣਾ। ਤਾਂ ਆਪਣੇ ਕੋਲ ਜਿਹੜਾ ਦੋ ਆ ਇਹਨੂੰ ਆਪਾਂ ਬਦਲ ਦਿੰਦੇ ਹਾਂ, ਆਪਣੇ ਕੋਲ ਬਣ ਜਾਣਾ ਵਰਗਮੂਲ ਦੋ ਗੁਣਾ ਵਰਗਮੂਲ ਦੋ। ਉਸ ਤੋਂ ਬਾਅਦ ਆਪਣੇ ਕੋਲ ਐਕਸ, ਦੇਖੋ ਆਪਾਂ ਦੋ ਨੂੰ ਵਰਗਮੂਲ ਦੋ ਗੁਣਾ ਵਰਗਮੂਲ ਦੋ ਲਿਖਿਆ, ਉਸ ਤੋਂ ਬਾਅਦ ਮੇਰੇ ਕੋਲ ਲਿਖਿਆ ਹੋਇਆ ਪੰਜ ਵਰਗਮੂਲ ਦੋ ਬਰਾਬਰ ਜ਼ੀਰੋ। ਧਿਆਨ ਨਾਲ ਦੇਖੋ, ਹੁਣ ਆਪਣੇ ਕੋਲ ਪਹਿਲੀ ਰਕਮ ਦੇ ਵਿੱਚ ਸਿਰਫ ਐਕਸ ਕੋਮਨ ਆਉਂਦਾ, ਤਾਂ ਆਪਾਂ ਇਹਨਾਂ ਦੋਨਾਂ ਵਿੱਚੋਂ ਐਕਸ ਨੂੰ ਬਾਹਰ ਕੱਢ ਲਾਂਗੇ। ਜਦੋਂ ਮੈਂ ਐਕਸ ਨੂੰ ਬਾਹਰ ਕੱਢਿਆ, ਮੇਰੇ ਕੋਲ ਕੀ ਬਚਣਾ, ਇੱਥੇ ਅੰਡਰ ਰੂਟ ਵਰਗਮੂਲ ਦੋ ਐਕਸ, ਇੱਥੇ ਮੇਰੇ ਕੋਲ ਬਚ ਜਾਣਾ ਪੰਜ। ਉਵੇਂ ਮੈਂ ਥੋੜ੍ਹੀ ਅੱਗੇ ਰਕਮ ਜਿਹੜੀ ਲਿਖੀਆਂ ਹੋਈਆਂ ਉਹਨਾਂ ਦੋਨਾਂ ਦੇ ਵਿੱਚ ਕੋਈ ਕੋਮਨ ਦੇਖਦਾ ਚੀਜ਼ ਕਿਹੜੀ ਲਿਖੀ। ਦੇਖੋ ਇੱਥੇ ਦੋ ਲਿਖਿਆ ਹੋਇਆ ਵਰਗਮੂਲ ਦਾ, ਇੱਥੇ ਵੀ ਵਰਗਮੂਲ ਦਾ ਦੋ, ਇਹਨਾਂ ਦੇ ਵਿੱਚ ਵਾਲੇ ਆਪਾਂ ਗੁਣਾਂ ਦਾ ਨਿਸ਼ਾਨ ਪਾ ਸਕਦੇ ਹਾਂ ਜੇਕਰ ਤੁਹਾਡਾ ਮਨ ਕਰਦਾ, ਜੇਕਰ ਨਹੀਂ ਤਾਂ ਰਹਿਣ ਦਿਓ, ਤੁਹਾਡੀ ਆਪਣੀ ਚੋਇਸ ਹੁੰਦੀ ਹੈ। ਵੈਸੇ ਗੁਣਾਂ ਦਾ ਨਿਸ਼ਾਨ ਹੀ ਹੁੰਦਾ ਵਾ ਇਹਦਾ ਮਤਲਬ। ਤਾਂ ਇਹਨਾਂ ਦੋਨਾਂ ਦੇ ਵਿੱਚ ਜੇਕਰ ਆਪਾਂ ਦੇਖੀਏ ਤਾਂ ਇਹਨਾਂ ਦੋਨਾਂ ਦੇ ਵਿੱਚ ਵੀ ਆਪਣੇ ਕੋਲ ਵਰਗਮੂਲ ਦੋ ਕੋਮਨ ਆਈ ਜਾਂਦਾ, ਤਾਂ ਮੈਂ ਵਰਗਮੂਲ ਦੋ ਕੋਮਨ ਬਾਹਰ ਕੱਢ ਲੈਣਾ। ਜੇਕਰ ਇਹ 'ਚੋਂ ਵਰਗਮੂਲ ਦੋ ਕੋਮਨ ਬਾਹਰ ਕੱਢ ਲਈਏ ਤਾਂ ਪਹਿਲੀ ਰਕਮ ਵਿੱਚ ਵਰਗਮੂਲ ਦੋ ਦੇ ਨਾਲ ਆਪਣੇ ਕੋਲ ਐਕਸ ਬਚਿਆ, ਅਤੇ ਨਾਲ ਦੀ ਨਾਲ ਆਪਣੇ ਕੋਲ ਦੂਜੀ ਰਕਮ ਦੇ ਵਿੱਚ ਜੇਕਰ ਆਪਾਂ ਦੇਖੀਏ ਤਾਂ ਆਪਣੇ ਕੋਲ ਉਹ ਬਚਿਆ ਪੰਜ, ਤਾਂ ਇਹ ਆਪਣੇ ਕੋਲ ਆਇਆ ਨਾ ਜ਼ੀਰੋ ਦੇ। ਦੇਖੋ ਹੁਣ ਆਪਾਂ ਦੇਖੀ ਰਕਮ ਨੂੰ, ਤਾਂ ਇੱਥੇ ਅਤੇ ਇੱਥੇ ਆਪਣੇ ਦੋਨਾਂ ਦੇ ਵਿੱਚ ਇਹ ਦੋਨੇ ਚੀਜ਼ਾਂ ਕੋਮਨ ਆ ਗਈਆਂ, ਤਾਂ ਆਪਾਂ ਇਹਨੂੰ ਕੋਮਨ ਕਰਕੇ ਬਾਹਰ ਲਿਖ ਲਾਂਗੇ। ਆਪਾਂ ਆਪਣੇ ਕੋਲ ਬਣ ਜਾਣਾ ਵਰਗਮੂਲ ਦੋ ਐਕਸ ਜੋੜ ਪੰਜ, ਅਤੇ ਇੱਥੇ ਆਪਣੇ ਕੋਲ ਜਿਹੜਾ ਬਾਕੀ ਦੋ ਰਕਮਾਂ ਬਚ ਗਈਆਂ, ਉਹ ਕਿਹੜੀਆਂ ਕਿਹੜੀਆਂ ਬਚ ਗਈਆਂ, ਇੱਕ ਤਾਂ ਆਪਣੇ ਕੋਲ ਐਕਸ ਬਚ ਗਈ, ਇੱਕ ਆਪਣੇ ਕੋਲ ਬਚ ਗਿਆ ਵਰਗਮੂਲ ਦੋ, ਤਾਂ ਆਪਣੇ ਕੋਲ ਜਿਹੜੀ ਦੂਜੀ ਰਕਮ ਆਜੂਗੀ ਉਹ ਆਪਣੇ ਕੋਲ ਬਚ ਗਿਆ ਐਕਸ ਜੋੜ ਵਰਗਮੂਲ ਦੋ। ਤਾਂ ਦੋ ਰਕਮਾਂ ਬਚ ਗਈਆਂ। ਇਹਨਾਂ ਗੁਣਾਂ ਦੇ ਵਿੱਚ ਆਪਾਂ ਨੂੰ ਪਤਾ ਕਿ ਉਹ ਜ਼ੀਰੋ ਕਦੋਂ ਹੁੰਦੀਆਂ, ਦੋ ਰਕਮਾਂ ਜ਼ੀਰੋ ਉਦੋਂ ਹੀ ਹੁੰਦੀਆਂ, ਇਹਨਾਂ ਮਤਲਬ ਦੋਨਾਂ ਦੇ ਵਿੱਚੋਂ ਕੋਈ ਨਾ ਕੋਈ ਇੱਕ ਰਕਮ ਜ਼ੀਰੋ ਹੋਊਗੀ। ਇਹਦਾ ਮਤਲਬ ਐਕਸ ਵਰਗਮੂਲ ਦੋ ਐਕਸ ਜੋੜ ਪੰਜ, ਜਾਂ ਤਾਂ ਇਹ ਆਪਣੇ ਕੋਲ ਜ਼ੀਰੋ ਹੋ ਜੂ, ਜਾਂ ਆਪਣੇ ਕੋਲ ਐਕਸ ਜੋੜ ਵਰਗਮੂਲ ਦੋ ਇਹ ਜ਼ੀਰੋ ਹੋ ਜੂ। ਤਾਂ ਇੱਥੋਂ ਦੇਖੋ ਪੰਜ ਨੂੰ ਦੂਜੇ ਪਾਸੇ ਲੈ ਕੇ ਜਾਵਾਂਗੇ ਨੇ ਘਟਾਓ ਦਾ ਬਣ ਜਾਣਾ, ਇਹਦਾ ਮਤਲਬ ਆਪਣੇ ਕੋਲ ਵਰਗਮੂਲ ਦੋ ਐਕਸ ਬਰਾਬਰ ਆ ਗਿਆ ਘਟਾਓ ਦੇ ਪੰਜ, ਅਤੇ ਦੋ ਨੂੰ ਜਦੋਂ ਆਪਾਂ ਉੱਧਰਲੇ ਪਾਸੇ ਲੈ ਆਵਾਂਗੇ ਨੇ ਡਿਵਾਈਡ ਦਾ ਥੱਲੇ ਆਇਆ ਨਾ ਡਿਵਾਈਡ ਵਿੱਚ, ਇਹ ਬਣ ਜਾਣਾ ਆਪਣੇ ਕੋਲ ਵਰਗਮੂਲ ਦੋ। ਹੁਣ ਜਿਹੜਾ ਵਰਗਮੂਲ ਦੋ ਨੂੰ ਇੱਧਰਲੇ ਪਾਸੇ ਲੈ ਕੇ ਜਾਵਾਂਗੇ ਨੇ ਘਟਾਓ ਦਾ ਬਣ ਜਾਣਾ, ਆਪਣੇ ਕੋਲ ਐਕਸ ਦਾ ਮੁੱਲ ਆ ਜਾਣਾ ਮਾਈਨਸ ਦੇ ਵਰਗਮੂਲ ਦੋ। ਦੇਖੋ ਧਿਆਨ ਨਾਲ, ਹੁਣ ਆਪਣੇ ਕੋਲ ਦੋ ਜਿਹੜੇ ਆਂਸਰ ਆ ਗਏ, ਐਕਸ ਦਾ ਮੁੱਲ ਆ ਗਿਆ ਦੋ ਪੰਜ ਵਟੇ ਵਰਗਮੂਲ ਦੋ, ਅਤੇ ਇੱਥੇ ਆਪਣੇ ਕੋਲ ਆ ਗਿਆ ਐਕਸ ਦਾ ਮੁੱਲ ਵਰਗਮੂਲ ਦੋ। ਤਾਂ ਪਹਿਲਾਂ ਜਿਹੜਾ ਆਪਣੇ ਕੋਲ ਆਹ ਮੁੱਲ ਆਇਆ ਐਕਸ ਦਾ ਮੁੱਲ ਮਾਈਨਸ ਦੇ ਵਰਗਮੂਲ ਦੋ, ਇਹ ਠੀਕ ਆ, ਬਟ ਦੂਜਾ ਜਿਹੜਾ ਆਪਣੇ ਕੋਲ ਮੁੱਲ ਆਇਆ ਇਹ ਵੀ ਠੀਕ ਆ, ਬਟ ਆਪਾਂ ਕੋਲ ਵਟਿਆਂ ਦੇ ਵਿੱਚ ਕਦੇ ਵੀ ਥੱਲੇ ਆਪਣੇ ਕੋਲ ਵਰਗਮੂਲ ਦੋ ਨਹੀਂ ਹੁੰਦਾ। ਤਾਂ ਆਪਾਂ ਕੀ ਕਰਾਂਗੇ, ਜਿਹੜਾ ਆਪਣੇ ਕੋਲ ਐਕਸ ਦਾ ਮੁੱਲ ਆ ਗਿਆ ਘਟਾਓ ਪੰਜ ਵਟੇ ਵਰਗਮੂਲ ਦੋ, ਇਹਨੂੰ ਗੁਣਾ ਕਰ ਦਾਂਗੇ ਵਰਗਮੂਲ ਦੋ ਨਾਲ, ਤਾਂ ਕਿ ਉੱਪਰ ਥੱਲੇ, ਤਾਂ ਕਿ ਕੀ ਥੱਲੇ ਆਪਣੇ ਕੋਲ ਵਰਗਮੂਲ ਖਤਮ ਹੋ ਜਾਏ। ਉੱਪਰ ਆਪਣੇ ਕੋਲ ਬਣ ਜਾਣਾ ਮਾਈਨਸ ਦਾ ਪੰਜ ਵਰਗਮੂਲ ਦੋ, ਥੱਲੇ ਆਪਾਂ ਜਦੋਂ ਦੋ ਵਰਗਮੂਲ ਦੋ ਨਾਲ ਗੁਣਾ ਕਰਾਂਗੇ ਤਾਂ ਆਪਣੇ ਕੋਲ ਬਣ ਜਾਣਾ ਦੋ। ਤਾਂ ਇੱਦਾਂ ਆਪਾਂ ਕਿਸੇ ਸਮੀਕਰਨ ਦਾ ਵੀ ਹੱਲ ਕੱਢ ਸਕਦੇ ਹਾਂ, ਕਿਸੇ ਸਮੀਕਰਨ ਦੇ ਵੀ ਮੂਲ ਪਤਾ ਕਰ ਸਕਦੇ ਹਾਂ ਗੁਣਨ ਖੰਡਨ ਵਿਧੀ ਦੇ ਦੁਆਰਾ। ਤਾਂ ਇਸ ਤੋਂ ਬਾਅਦ ਇਸ ਦੇ ਆਪਾਂ ਨੈਕਸਟ ਸਮ ਦੇਖਦੇ ਹਾਂ ਕਿਵੇਂ ਹੱਲ ਕਰਨੇ। ਚਾਰ ਨੰਬਰ ਪ੍ਰਸ਼ਨ ਨੂੰ ਅੱਗੇ ਆਪਾਂ ਦੇਖਦੇ ਹਾਂ। ਦੇਖੋ ਚਾਰ ਨੰਬਰ ਪ੍ਰਸ਼ਨ ਆਪਣੇ ਕੋਲ ਦਿੱਤਾ ਹੋਇਆ ਹੈ, ਉਹਦੇ ਵਿੱਚ ਲਿਖਿਆ ਹੈ ਦੋ ਐਕਸ ਦੀ ਪਾਵਰ ਦੋ। ਚਾਰ ਨੰਬਰ ਪ੍ਰਸ਼ਨ ਆ ਦੋ ਐਕਸ ਦੀ ਪਾਵਰ ਦੋ, ਫਿਰ ਆਪਣੇ ਕੋਲ ਲਿਖਿਆ ਘਟਾਓ ਦਾ ਐਕਸ, ਫਿਰ ਲਿਖਿਆ ਜੋੜ ਦਾ ਇੱਕ ਵਟੇ ਅੱਠ ਬਰਾਬਰ ਦਿੱਤਾ ਹੋਇਆ ਜ਼ੀਰੋ ਦੇ। ਦੇਖੋ ਸਾਰਿਆਂ ਤੋਂ ਪਹਿਲਾਂ ਆਪਾਂ ਕੀ ਕਰਨਾ ਕਿ ਜਦੋਂ ਵੀ ਆਪਾਂ ਕੋਈ ਸਮੀਕਰਨ ਨੂੰ ਹੱਲ ਕਰਨਾ, ਗੁਣਨ ਖੰਡਨ ਵਿਧੀ ਦੇ ਨਾਲ ਆਪਾਂ ਹੱਲ ਕਰਨਾ ਕਿਸੇ ਸਵਾਲ ਨੂੰ, ਆਪਾਂ ਵਟਿਆਂ ਦੇ ਵਿੱਚ ਕੋਈ ਰਕਮ ਨਹੀਂ ਰਹਿਣ ਦੇਣੀ। ਜੇਕਰ ਆਪਣੇ ਕੋਲ ਵਟਿਆਂ ਦੇ ਵਿੱਚ ਕੋਈ ਰਕਮ ਆ ਤਾਂ ਉਹਦੇ ਨਾਲ ਆਪਾਂ ਨੂੰ ਸਵਾਲ ਹੱਲ ਕਰਨਾ ਥੋੜ੍ਹਾ ਔਖਾ ਹੋ ਜਾਂਦਾ।
ਆਪਾਂ ਕੀ ਕਰਾਂਗੇ ਜਿਹੜੀ ਵਟਿਆਂ ਦੇ ਵਿੱਚ ਰਕਮ ਲਿਖੀ ਹੋਈ ਹੈ ਇਹਨੂੰ ਪਹਿਲਾਂ ਆਪਾਂ ਖਤਮ ਕਰਾਂਗੇ। ਤਾਂ ਵਟਿਆਂ ਵਿੱਚ ਆਪਣੇ ਕੋਲ ਦੇਖੋ ਇੱਥੇ ਧਿਆਨ ਨਾਲ ਦੇਖੀਏ ਤਾਂ 1/8 ਲਿਖਿਆ ਹੋਇਆ। ਤਾਂ ਆਪਾਂ 1/8 ਨੂੰ ਖਤਮ ਕਰਨਾ ਅਤੇ ਸਾਰੀ ਦੀ ਸਾਰੀ ਰਕਮ ਨੂੰ 8 ਨਾਲ ਗੁਣਾ ਕਰ ਦਿੰਦੇ ਹਾਂ। ਤਾਂ ਆਪਾਂ ਇਹਦੇ ਲਿਖ ਦਾਂਗੇ ਦੋਵੇਂ ਪਾਸੇ 8 ਨਾਲ ਗੁਣਾ ਕਰਨ 'ਤੇ ਦੇਖੋ ਸਵਾਲ ਨੂੰ ਆਪਾਂ ਉਸ ਤੋਂ ਬਾਅਦ ਹੀ ਸ਼ੁਰੂ ਕਰਾਂਗੇ। ਪਹਿਲਾਂ ਜੇਕਰ ਆਪਾਂ ਰਕਮ ਨੂੰ ਥੋੜ੍ਹਾ ਜਿਹਾ ਸਹੀ ਕਰ ਲਈਏ ਤਾਂ ਪਹਿਲਾਂ ਮੈਂ ਰਕਮ ਲਿਖ ਲੈਂਦਾ ਫਿਰ ਇਹਨੂੰ 8 ਨਾਲ ਗੁਣਾ ਕਰ ਦਾਂਗਾ ਘਟਾਓ ਦਾ ਐਕਸ ਫਿਰ ਜੋੜ ਦਾ 1/8 ਬਰਾਬਰ 0। ਤਾਂ ਦੇਖੋ ਮੈਨੂੰ 8 ਨਾਲ ਗੁਣਾ ਕਰਾਂਗਾ। ਜੇਕਰ ਮੈਂ ਇਹਨੂੰ 8 ਨਾਲ ਗੁਣਾ ਕਰਦਾ ਤਾਂ ਪਹਿਲੀ ਰਕਮ ਨੂੰ ਵੀ 8 ਨਾਲ ਗੁਣਾ ਕਰਨਾ ਪੈਣਾ ਮੈਨੂੰ, ਐਕਸ ਨੂੰ ਵੀ 8 ਨਾਲ ਗੁਣਾ ਕਰਨਾ ਪੈਣਾ, ਉਸ ਤੋਂ ਬਾਅਦ 1/8 ਨੂੰ ਵੀ 8 ਨਾਲ ਗੁਣਾ ਕਰਨਾ ਪੈਣਾ ਅਤੇ 0 ਨੂੰ ਵੀ 8 ਨਾਲ ਗੁਣਾ ਕਰਨਾ ਪੈਣਾ। ਹੁਣ ਦੇਖੋ ਜਦੋਂ ਮੈਂ 8 ਨੂੰ 2 ਨਾਲ ਗੁਣਾ ਕਰਾਂਗਾ ਤਾਂ ਮੇਰੇ ਕੋਲ ਰਕਮ ਬਣ ਜਾਣੀ ਇਹ 16x2। 8 ਨੂੰ ਐਕਸ ਨਾਲ ਗੁਣਾ ਕਰਾਂਗਾ ਤਾਂ ਮੇਰੇ ਕੋਲ ਬਣ ਜਾਣਾ 8x। ਇੱਥੇ ਆਪਣੇ ਕੋਲ 8 ਨੇ 8 ਨਾਲ ਕੱਟਿਆ ਜਾਣਾ ਤਾਂ ਆਪਣੇ ਕੋਲ ਬਣ ਜਾਣਾ 1 ਅਤੇ ਬਰਾਬਰ ਹੈ ਨਾ 0, ਕਿਉਂਕਿ 0 ਨੂੰ ਕਿਸੇ ਚੀਜ਼ ਨਾਲ ਵੀ ਗੁਣਾ ਕਰਕੇ ਤਾਂ ਆਪਣੇ ਕੋਲ 0 ਹੀ ਹੁੰਦਾ। ਹੁਣ ਆਪਣੇ ਕੋਲ ਜਿਹੜੀ ਰਕਮ ਆ ਆਪਣੇ ਕੋਲ ਇੱਕ ਸਿੱਧੀ ਰਕਮ ਬਣ ਗਈ, ਇਹਨੂੰ ਆਪਾਂ ਹੱਲ ਕਰਨਾ ਥੋੜ੍ਹਾ ਜਿਹਾ ਸੌਖਾ ਹੋ ਜਾਊਗਾ। ਪਹਿਲਾਂ ਦੇ ਜੇ ਆਪਾਂ ਉਹਦੇ ਨਾਲ ਕੰਪੇਅਰ ਕਰੀਏ ਤਾਂ ਆਪਣੇ ਕੋਲ ਪਹਿਲੇ ਨੰਬਰ 'ਤੇ ਇੱਥੇ ਲਿਖਿਆ ਹੋਇਆ 16, ਦੂਜੇ ਨੰਬਰ 'ਤੇ ਆਪਣੇ ਕੋਲ ਲਿਖਿਆ ਹੋਇਆ 8, ਤੀਜੇ ਨੰਬਰ 'ਤੇ ਆਪਣੇ ਕੋਲ ਲਿਖਿਆ ਹੋਇਆ 1। ਕੰਮ ਆਪਣਾ ਉਹੀ ਆ, ਪਹਿਲੇ ਨੂੰ ਆਖਰ ਵਾਲੇ ਨਾਲ ਗੁਣਾ ਕਰਾਂਗੇ ਤਾਂ ਆਪਣੇ ਕੋਲ ਇੱਥੇ ਐੱਮ ਦਾ ਮੁੱਲ ਜੇ ਆਪਾਂ ਦੇਖੀਏ ਤਾਂ ਉਹ ਬਣ ਜਾਣਾ ਆਪਣੇ ਕੋਲ 16, ਉਵੇਂ ਆਪਾਂ ਐੱਸ ਦਾ ਮੁੱਲ ਦੇਖੀਏ ਤਾਂ ਉਹ ਆਪਣੇ ਕੋਲ ਇੱਥੇ ਬਣ ਜਾਣਾ 8। ਨਿਸ਼ਾਨ ਜੇਕਰ ਆਪਾਂ ਇੱਥੇ ਚੈੱਕ ਕਰੀਏ ਤਾਂ ਆਪਣੇ ਕੋਲ ਬਣ ਜਾਣਾ ਜੋੜ ਦਾ। ਤਾਂ ਆਪਾਂ ਦੋ ਅੱਖਰ ਇਹੋ ਜਿਹੇ ਲੱਭੀਏ ਜਿਨ੍ਹਾਂ ਨੂੰ ਜੋੜ ਕੇ 8 ਬਣੇ ਅਤੇ ਜਿਨ੍ਹਾਂ ਨੂੰ ਗੁਣਾ ਕਰਕੇ 16 ਬਣੇ, ਤਾਂ ਉਹ ਜਿਹੜੇ ਦੋ ਅੱਖਰ ਆ ਆਪਣੇ ਕੋਲ ਬਣ ਜਾਣੇ ਆ 4 ਨੂੰ 4 ਵਿੱਚ ਜੋੜਾਂਗੇ ਤਾਂ ਆਪਣੇ ਕੋਲ 8 ਹੁੰਦਾ, 4 ਨੂੰ 4 ਨਾਲ ਗੁਣਾ ਕਰਾਂਗੇ ਤਾਂ ਆਪਣੇ ਕੋਲ 16 ਹੁੰਦਾ, ਤਾਂ ਆਪਣੇ ਕੋਲ ਦੋ ਅੱਖਰ ਮਿਲ ਗਏ। ਹੁਣ ਤੁਸੀਂ ਕੀ ਕਰਨਾ, ਸਿਰਫ 8 ਦੀ ਜਗ੍ਹਾ 'ਤੇ ਜਿੱਥੇ ਆਪਣੇ ਕੋਲ ਸਵਾਲ ਦੇ ਵਿੱਚ 8 ਲਿਖਿਆ ਹੋਇਆ ਤੁਸੀਂ ਉੱਥੇ 4/4 ਲਿਖ ਦੇਣਾ। ਤਾਂ ਆਪਾਂ ਉੱਥੇ ਲਿਖਦੇ ਹਾਂ 16 ਨੇ ਉਵੇਂ ਆਇਆ ਨਾ 16x2, ਜਿੱਥੇ ਆਪਣੇ ਕੋਲ 8 ਲਿਖਿਆ ਹੋਇਆ ਉੱਥੇ ਮੈਂ ਲਿਖ ਦਿੰਦਾ 4/4 ਨਾਲ ਉਹਦੇ ਐਕਸ ਜੋੜ 1 ਬਰਾਬਰ 0। ਦੇਖੋ ਸਵਾਲ ਆਪਾਂ ਇਹਦਾ ਲਿਖ ਲਿਆ, ਉਸ ਤੋਂ ਬਾਅਦ ਤੁਸੀਂ ਕੀ ਕਰਨਾ ਉਵੇਂ ਹੀ ਲਿਖ ਦੇਣਾ, ਕਿਉਂਕਿ ਬ੍ਰੈਕਿਟ ਦੇ ਬਾਹਰ ਆਪਣੇ ਕੋਲ ਮਾਈਨਸ ਆ ਤਾਂ ਇੱਥੇ ਆਪਣੇ ਕੋਲ ਮੁੱਲ ਬਦਲਣਗੇ। ਮੁੱਲ ਨਹੀਂ, ਅਸਲ ਦੇ ਵਿੱਚ ਇਹਨਾਂ ਦੇ ਨਿਸ਼ਾਨ ਬਦਲ ਜਾਂਦੇ ਹੁੰਦੇ, ਦੋਨਾਂ 4 ਦੇ ਮੂਹਰੇ ਆਪਣੇ ਕੋਲ ਕੀ ਆਇਆ ਮਾਈਨਸ ਲੱਗ ਗਿਆ ਨਾ, ਤਾਂ ਇੱਥੇ ਆਪਣੇ ਕੋਲ ਬਣ ਜਾਣਾ ਜੋੜ ਦਾ 1 ਬਰਾਬਰ 0। ਤਾਂ ਹੁਣ ਆਪਾਂ ਸਮੀਕਰਨ ਨੂੰ ਥੋੜ੍ਹਾ ਜਿਹਾ ਖੋਲ੍ਹ ਕੇ ਲਿਖ ਲੈਂਦੇ ਹਾਂ ਹਰ ਇੱਕ ਨੂੰ, ਜਿਵੇਂ ਆਪਾਂ ਪਹਿਲਾਂ ਲਿਖਦੇ ਹੁੰਦੇ ਸੀ। ਮੈਂ ਜਿਹੜਾ 16 ਮੈਂ ਇਹਨੂੰ ਮੈਂ ਐਂ ਲਿਖ ਸਕਦਾ 4x4, ਤਾਂ ਕਿ ਮੈਂ ਕੋਮਨ ਕੱਢਣੇ ਮੈਨੂੰ ਥੋੜ੍ਹੇ ਜਿਹੇ ਸੌਖੇ ਲੱਗਣਗੇ, ਇਹਦੇ ਨਾਲ ਤੁਹਾਨੂੰ ਵੀ ਵਧੀਆ ਸਮਝ ਲੱਗੇਗੀ। ਇਹਦੇ ਨਾਲ ਮੈਂ 16 ਨੂੰ ਲਿਖ ਲਿਆ 4x4 ਅਤੇ x2 ਨੂੰ ਲਿਖ ਲਿਆ ਮੈਂ x/x, ਉਵੇਂ ਮੈਂ ਅਗਲੀ ਰਕਮ ਨੂੰ 4x ਲਿਖ ਲੈਂਦਾ, ਉਸ ਤੋਂ ਬਾਅਦ ਵਾਲੀ ਰਕਮ ਨੂੰ ਮੈਂ 4x ਲਿਖ ਲੈਂਦਾ, ਅਤੇ ਮੇਰੇ ਕੋਲ ਇੱਥੇ 1 ਬਚਿਆ ਇਹਨੂੰ ਮੈਂ। ਦੇਖੋ ਇੱਕ ਚੀਜ਼ ਥੋੜ੍ਹੀ ਧਿਆਨ ਦੇਣ ਵਾਲੀ ਇੱਥੇ ਗੱਲ ਹੋਰ ਆ ਕਿ ਜਿਹੜਾ ਆਪਣੇ ਕੋਲ ਪਲੱਸ ਹੁੰਦਾ ਤਾਂ ਪਲੱਸ ਆਪਣੇ ਕੋਲ ਮਾਈਨਸ ਅਤੇ ਮਾਈਨਸ ਦੇ ਬਰਾਬਰ ਹੁੰਦਾ। ਜੇ ਆਪਣੇ ਕੋਲ ਕਿਤੇ ਪਲੱਸ ਲਿਖਿਆ ਤਾਂ ਆਪਾਂ ਨੂੰ ਮਾਈਨਸ ਮਾਈਨਸ ਵੀ ਲਿਖ ਸਕਦੇ ਹਾਂ, ਕਿਉਂਕਿ ਇਸ ਚੀਜ਼ ਦੇ ਬਰਾਬਰ ਹੁੰਦਾ ਹੈ। ਤਾਂ ਮੈਂ ਇੱਥੇ ਮਾਈਨਸ ਪਾ ਕੇ -1 ਲਿਖ ਸਕਦਾ, ਕਿਉਂਕਿ ਜਿਹੜਾ ਮੇਰੇ ਕੋਲ ਪਲੱਸ ਦਾ 1 ਆ ਉਹ 2 ਮਾਈਨਸ ਦੇ ਬਰਾਬਰ ਹੁੰਦਾ। ਤਾਂ ਇਹਦੇ ਨਾਲ ਹੋਊਗਾ ਕਿ ਦੇਖੋ ਕਰਨ ਦੀ ਲੋੜ ਕੀ ਪਈ, ਜੇ ਆਪਾਂ ਨਾ ਕਰਦੇ ਕੀ ਸਵਾਲ ਹੱਲ ਹੋ ਜਾਣਾ ਸੀ, ਬਿਲਕੁਲ ਹੱਲ ਹੋ ਜਾਣਾ ਸੀ, ਪਰ ਸਮਝਣਾ ਸੌਖਾ ਹੋ ਜੂ, ਕਿਉਂਕਿ ਜਦੋਂ ਆਪਾਂ ਸਵਾਲ ਦੇ ਵਿੱਚੋਂ ਕੋਮਨ ਚੀਜ਼ ਕੱਢਣੀ ਆ ਤਾਂ ਉਦੋਂ ਆਪਣੇ ਕੋਲ ਕੋਮਨ ਕੱਢਣ ਵਾਸਤੇ ਇੱਥੇ ਮਾਈਨਸ, ਜਦੋਂ ਆਪਾਂ ਸਮਝਾਂਗੇ ਕਿਵੇਂ ਮਾਈਨਸ ਬਾਹਰ ਕੱਢਿਆ ਤਾਂ ਸੌਖਾ ਹੋ ਜੂ। ਦੇਖੋ ਮੈਂ ਸਵਾਲ ਨੂੰ ਹੱਲ ਕਰਦਾ, ਤੁਸੀਂ ਦੇਖਿਓ ਕਿਵੇਂ। ਦੇਖੋ ਪਹਿਲੇ ਦੇ ਵਿੱਚ ਆਪਣੇ ਕੋਲ 4 ਆ, ਦੂਜੇ ਵਿੱਚ ਆਪਣੇ ਕੋਲ 4 ਆ, ਇੱਥੇ ਆਪਣੇ ਕੋਲ ਐਕਸ ਆ, ਇੱਥੇ ਆਪਣੇ ਕੋਲ ਐਕਸ ਆ, ਤਾਂ ਆਪਣੇ ਕੋਲ ਕੋਮਨ ਜੇ ਆਪਾਂ ਦੇਖੀਏ ਇੱਥੇ ਬਣ ਜਾਣਾ ਆਪਣੇ ਕੋਲ 4x, ਇੱਥੇ ਆਪਣੇ ਕੋਲ ਕੀ ਬਚਿਆ 4, ਇੱਥੇ ਬਚਿਆ ਐਕਸ, ਤਾਂ ਆਪਣੇ ਕੋਲ ਬਚ ਗਿਆ 4x ਆਪਣੇ ਕੋਲ ਬਾਕੀ ਬਚ ਗਿਆ। ਦੂਜੀ ਰਕਮ ਦੇ ਵਿੱਚੋਂ ਸਾਰੇ ਦੇ ਸਾਰੇ 4x ਬਾਹਰ ਚੱਲਿਆ ਗਿਆ ਤਾਂ ਆਪਣੇ ਕੋਲ 1 ਬਚ ਗਿਆ। ਹੁਣ ਦੇਖੋ ਧਿਆਨ ਨਾਲ ਅਗਲੀ ਰਕਮਾਂ ਦੇ ਵਿੱਚ, 1 ਤਾਂ ਆਪਣੇ ਕੋਲ ਇੱਥੇ ਕੋਈ ਚੀਜ਼ ਕੋਮਨ ਨਹੀਂ ਆਉਂਦੀ ਪਹਿਲੀ ਗੱਲ, ਉਸ ਤੋਂ ਬਾਅਦ ਆਪਣੇ ਕੋਲ ਜੇ ਕੋਈ ਕੋਮਨ ਆਉਂਦੀ ਹੈ ਤਾਂ ਸਿਰਫ ਮਾਈਨਸ ਕੋਮਨ ਆਉਂਦਾ। ਦੋਨੇ ਸਵਾਲਾਂ ਦੇ ਵਿੱਚ ਮਾਈਨਸ ਕੋਮਨ ਆਉਂਦਾ ਆਪਣੇ ਕੋਲ, ਤਾਂ ਉਹ -1 ਬਾਹਰ ਕੱਢ ਲਾਂਗੇ, ਕਿਉਂਕਿ 1 ਤਾਂ ਆਪਾਂ ਲਿਖ ਸਕਦੇ ਆਪਦੇ ਕੋਲੋਂ, ਤਾਂ ਇਹ ਆਪਣੇ ਕੋਲ ਬਣ ਜਾਣਾ -1। ਰਕਮ ਕੋਈ ਨਹੀਂ ਬਾਹਰ ਆਈ, ਇਹਦੇ ਵਿੱਚ ਆਪਣਾ ਮਾਈਨਸ ਬਾਹਰ ਚਲਾ ਗਿਆ, 4x ਰਹਿ ਗਿਆ, ਦੂਜੇ ਵਿੱਚੋਂ 1 ਮਾਈਨਸ ਬਾਹਰ ਚਲਾ ਗਿਆ, 1 ਮਾਈਨਸ ਅੰਦਰ ਬਚ ਗਿਆ, ਤਾਂ ਆਪਣੇ ਕੋਲ ਸਵਾਲ ਆ ਗਿਆ। ਦੇਖੋ ਇੱਥੇ ਆਪਣੇ ਕੋਲ ਸਮਝਣਾ ਕਾਹਤੋਂ ਆਸਾਨ ਹੋ ਗਿਆ, ਦੇਖੋ ਜਿਹੜੀਆਂ ਆਪਣੇ ਕੋਲ ਰਕਮ ਬਣਨੀ ਚਾਹੀਦੀ ਹੈ 4x ਘਟਾਓ ਦਾ 1, 4x ਘਟਾਓ ਦਾ, ਇਹ ਆਪਣੇ ਕੋਲ ਹਮੇਸ਼ਾ ਬਰਾਬਰ ਹੋਣੀਆਂ ਚਾਹੀਦੀਆਂ। ਜੇਕਰ ਇਹ ਦੋਨੇ ਰਕਮਾਂ ਬਰਾਬਰ ਆ ਤਾਂ ਹੀ ਆਪਾਂ ਲਾਸਟ ਵਿੱਚ ਇਹਨਾਂ ਦੋਨਾਂ ਨੂੰ ਕੋਮਨ ਬਾਹਰ ਕੱਢਾਂਗੇ,
ਜੇਕਰ ਆਪਣੇ ਕੋਲ ਇੱਥੇ ਪਲੱਸ ਦਾ ਪਲੱਸ ਲਿਖਿਆ ਹੁੰਦਾ ਤਾਂ ਆਪਾਂ ਉਹਦੇ ਵਿੱਚੋਂ ਕੋਮਨ ਕਿਸੇ ਗਲਤ ਤਰੀਕੇ ਨਾਲ ਕੋਈ ਹੋਰ ਅੱਖਰ ਕੱਢ ਲੈਂਦੇ ਤਾਂ ਆਪਣੇ ਕੋਲ ਇਹ ਬਰਾਬਰ ਨਹੀਂ ਆਉਣੀਆਂ ਸੀ, ਅਤੇ ਜੇ ਬਰਾਬਰ ਨਾ ਆਉਂਦੀਆਂ ਦੋਨੇ ਰਕਮਾਂ ਤਾਂ ਫਿਰ ਇਹਨਾਂ ਦੋਨਾਂ 'ਚੋਂ ਕੋਮਨ ਨਹੀਂ ਕੱਢਿਆ ਜਾਣਾ ਸੀ। ਠੀਕ ਆ, ਤਾਂ ਸਮਝਾਉਣ ਦੇ ਲਈ ਮੈਂ ਤੁਹਾਨੂੰ ਪਲੱਸ ਨੂੰ ਦੋ ਵਾਰੀ ਮਾਈਨਸ ਲਿਖ ਲਿਆ, ਆਪਾਂ ਲਿਖ ਸਕਦੇ ਹਾਂ ਕਿਉਂਕਿ ਮਾਈਨਸ ਅਤੇ ਮਾਈਨਸ ਜਦੋਂ ਇਕੱਠੇ ਲਿਖੇ ਹੁੰਦੇ ਉਹਦਾ ਮਤਲਬ ਪਲੱਸ ਹੀ ਹੁੰਦਾ। ਤਾਂ ਇੱਥੇ ਆਪਣੇ ਕੋਲ ਦੇਖੋ 4x ਘਟਾਓ 1, ਮੈਂ ਇਹਨੂੰ ਲਿਖ ਦਿੰਦਾ 4x ਘਟਾਓ 1, ਮੈਂ ਸਾਰੀ 'ਚੋਂ ਕੋਮਨ ਕੱਢ ਲਿਆ, ਉਸ ਤੋਂ ਬਾਅਦ ਮੇਰੇ ਕੋਲ ਕੀ ਬਚਿਆ ਸੀ 4x ਅਤੇ ਘਟਾਓ ਦਾ 1, ਤਾਂ ਉਹ ਮੇਰੇ ਕੋਲ ਬਣ ਜਾਣਾ 4x ਘਟਾਓ 1 ਬਰਾਬਰ 0। ਫਿਰ ਉਹੀ ਗੱਲ ਆਪਣੇ ਕੋਲ ਗੁਣਾਂ ਦੇ ਵਿੱਚ ਦੋ ਚੀਜ਼ਾਂ ਜ਼ੀਰੋ ਤਾਂ ਹੀ ਹੁੰਦੀਆਂ ਜੇਕਰ ਉਹਨਾਂ ਦੋਨਾਂ ਦੇ ਵਿੱਚੋਂ ਕਿਸੇ ਇੱਕ ਦਾ ਮੁੱਲ ਜ਼ੀਰੋ ਹੋਵੇ, ਇਹਦਾ ਮਤਲਬ 4x ਘਟਾਓ 1 ਬਰਾਬਰ 0 ਜਾਂ ਤਾਂ ਇਹ ਹੋ ਸਕਦਾ, ਜਾਂ ਫਿਰ ਮੇਰੇ ਕੋਲ 4x ਘਟਾਓ ਦਾ 1 ਬਰਾਬਰ 0, ਦੋਨੇ ਇੱਕੋ ਜਿਹੀਆਂ ਰਕਮਾਂ ਵਾ, ਦੋਨਾਂ 'ਚੋਂ ਦੋ ਮੁੱਲ ਇੱਕੋ ਜਿਹੇ ਨਿਕਲਦੇ ਆ। ਤਾਂ ਇੱਥੇ ਮੇਰੇ ਕੋਲ 4x 1 ਉੱਧਰ ਜਾਊਗਾ ਅਤੇ ਇਹਨੇ ਜੋੜਦਾ ਬਣ ਜਾਣਾ, ਤਾਂ 4 ਜਦੋਂ ਉੱਧਰ ਜਾਊਗਾ ਇਹਨੇ ਵਟਿਆਂ ਦੇ ਵਿੱਚ ਆਏ ਨਾ 1/4। ਇੱਧਰ ਆਪਣੇ ਕੋਲ ਸੇਮ ਉਹੀ ਚੀਜ਼ ਰਿਪੀਟ ਹੋਣੀ ਆ, 1 ਜਦੋਂ ਉੱਧਰ ਜਾਊਗਾ ਤਾਂ ਇਹਨੇ 1 ਬਣ ਜਾਣਾ ਜੋੜਦਾ, ਅਤੇ 4 ਉੱਧਰ ਜਾ ਕੇ ਇਹਨੇ 1/4 ਬਣ ਜਾਣਾ। ਇਹਦਾ ਮਤਲਬ x ਦੇ ਦੋ ਮੁੱਲ ਆ ਗਏ, x ਦੇ ਕਿਹੜੇ ਕਿਹੜੇ ਦੋ ਮੂਲ ਆ ਗਏ, ਦੋਨੇ ਬਰਾਬਰ ਮੂਲ ਹੀ ਆ, 1/4 ਅਤੇ 1/4। ਤਾਂ ਇਹ ਆਪਣੇ ਕੋਲ ਚੌਥਾ ਸਵਾਲ ਸੀ ਜਿਹਨੂੰ ਆਪਾਂ ਆਸਾਨ ਜੀ ਵਿਧੀ ਨਾਲ ਹੱਲ ਕਰ ਲਿਆ। ਜੇਕਰ ਇਹ ਚੀਜ਼ ਨਹੀਂ ਸਮਝ ਲੱਗੀ ਤੁਸੀਂ ਵੀਡੀਓ ਨੂੰ 1-2 ਵਾਰ ਰਿਪੀਟ ਕਰੋ, ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗ ਜਾਵੇਗਾ। ਜੇਕਰ ਫਿਰ ਵੀ ਨਹੀਂ ਪਤਾ ਲੱਗਦਾ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਜਾ ਕੇ ਟਾਈਪ ਵੀ ਕਰ ਸਕਦੇ ਹੋ। ਤਾਂ ਇਸ ਤੋਂ ਬਾਅਦ ਅੱਗੇ ਆਪਾਂ ਨੈਕਸਟ ਦੇਖਦੇ ਹਾਂ। ਇੱਕ ਚੀਜ਼ ਤੁਸੀਂ ਹੋਰ ਕਰ ਸਕਦੇ ਹੋ, ਜਦੋਂ ਸਵਾਲ ਤੁਸੀਂ ਦੇਖਦੇ ਚੈੱਕ ਕਰਦੇ ਹੋ, ਮਤਲਬ ਇਸ 'ਤੇ ਵੀਡੀਓ ਨੂੰ ਦੇਖ ਰਹੇ ਹੁੰਦੇ ਹੋ ਆਪਣੇ ਮੋਬਾਈਲ ਦੇ ਉੱਪਰ ਜਾਂ ਤੁਸੀਂ PC ਦੇ ਉੱਪਰ, ਤਾਂ ਤੁਸੀਂ ਉਹਦਾ ਸਕਰੀਨਸ਼ੋਟ ਵੀ ਲੈ ਸਕਦੇ ਹੋ। ਸਕਰੀਨਸ਼ੋਟ ਲੈ ਕੇ ਉਸਨੂੰ ਰੱਖ ਲਓ ਤਾਂ ਕਿ ਜਦੋਂ ਵੀ ਦੁਬਾਰਾ ਤੁਹਾਨੂੰ ਲੋੜ ਪਵੇ ਤੁਸੀਂ ਉਸਨੂੰ ਦੇਖ ਸਕਦੇ ਹੋ, ਜਾਂ ਫਿਰ ਵੀਡੀਓ ਨੂੰ ਵੀ ਦੁਬਾਰਾ ਰਿਪੀਟ ਕਰਕੇ ਦੇਖੋਗੇ ਤਾਂ ਜ਼ਿਆਦਾ ਸਮਝ ਲੱਗ ਜਾਵੇਗਾ। ਪੰਜਵਾਂ ਸਵਾਲ ਆਪਾਂ ਦੇਖਦੇ ਹਾਂ, ਉਹਦੇ ਵਿੱਚ ਉਹਨਾਂ ਨੇ ਲਿਖਿਆ ਹੋਇਆ 100x^2, ਉਸ ਤੋਂ ਬਾਅਦ ਲਿਖਿਆ ਹੋਇਆ ਮਾਈਨਸ ਦੇ 20x, ਉਸ ਤੋਂ ਬਾਅਦ ਲਿਖਿਆ ਹੋਇਆ ਪਲੱਸ ਦਾ 1 ਬਰਾਬਰ 0। ਤਾਂ ਸਾਰਿਆਂ ਤੋਂ ਪਹਿਲਾਂ ਕੰਮ ਉਹੀ ਆਪਣਾ, ਇਹਨਾਂ ਦੀ ਰਕਮਾਂ ਨੂੰ ਆਪਾਂ ਲਿਖ ਲੈਂਦੇ ਹਾਂ। ਇੱਥੇ 100 ਲਿਖਿਆ ਹੋਇਆ, ਇੱਥੇ ਆਪਣੇ ਕੋਲ 20 ਲਿਖਿਆ ਹੋਇਆ, ਨਿਸ਼ਾਨ ਨਹੀਂ ਦੇਖਣੇ, ਬਸ ਇਕੱਲੀਆਂ ਰਕਮਾਂ ਹੀ ਲਿਖ ਲੈਣੀਆਂ। ਪਹਿਲੇ ਨੂੰ ਆਖਰ ਵਾਲੇ ਨਾਲ ਆਪਾਂ ਗੁਣਾ ਕਰਾਂਗੇ 1 ਨੂੰ, 1 ਨਾਲ ਗੁਣਾ ਕਰਾਂਗੇ 100 ਨੂੰ, ਤਾਂ ਆਪਣੇ ਕੋਲ ਬਣ ਜਾਣਾ ਇਹਨੇ 100, ਅਤੇ ਇਹਦਾ ਮਤਲਬ ਐੱਮ ਦਾ ਮੁੱਲ ਆਪਣੇ ਕੋਲ ਆ ਗਿਆ 100। ਉਵੇਂ ਆਪਾਂ ਜਿਹੜੀ ਰਕਮ ਬਚ ਗਈ ਉਹ ਆਪਣੇ ਕੋਲ ਐੱਸ ਹੁੰਦਾ, ਤਾਂ ਉਹ ਆਪਣੇ ਕੋਲ ਬਣ ਗਿਆ 20। ਇਹ ਤਾਂ 20 ਲਿਖਿਆ ਹੋਇਆ, 10 ਵਾਂਗੂ ਲੱਗ ਰਿਹਾ, ਤਾਂ 20 ਆ, ਤਾਂ ਆਪਣੇ ਕੋਲ ਬਣ ਜਾਣਾ 20। ਤਾਂ ਹੁਣ ਆਪਾਂ ਕੀ ਕਰਨਾ, ਹੁਣ ਆਪਾਂ ਇਹੋ ਜਿਹੇ ਦੋ ਅੱਖਰ ਲੱਭਣੇ ਆ ਜਿਨ੍ਹਾਂ ਨੂੰ ਦੇਖੋ ਜੋੜ ਦਾ ਨਿਸ਼ਾਨੇ 'ਤੇ ਲਿਖਿਆ ਹੋਇਆ, ਤਾਂ ਦੋ ਅੱਖਰ ਇਹੋ ਜਿਹੇ ਲੱਭਣੇ ਆ ਜਿਨ੍ਹਾਂ ਨੂੰ ਜੋੜ ਕਰਕੇ 20 ਬਣੇ, ਅਤੇ ਜਿਨ੍ਹਾਂ ਨੂੰ ਜੇਕਰ ਆਪਾਂ ਗੁਣਾ ਕਰੀਏ ਤਾਂ ਆਪਣੇ ਕੋਲ 100 ਬਣੇ। ਦੇਖੋ ਆਸਾਨ ਜੇ ਅੱਖਰ ਹੈ ਤਾਂ ਬਾਹਲਾ ਸੋਚਣ ਦੀ ਲੋੜ ਨਹੀਂ, ਕਿਉਂਕਿ 10 ਵਿੱਚ 10 ਜੋੜਦੇ ਤਾਂ ਆਪਣੇ ਕੋਲ 20 ਹੁੰਦਾ, ਅਤੇ 10 ਨੂੰ ਜਦੋਂ 10 ਨਾਲ ਗੁਣਾ ਕਰਦੇ ਹਾਂ ਤਾਂ ਆਪਣੇ ਕੋਲ 100 ਹੁੰਦਾ। ਤਾਂ ਸਿੰਪਲ ਜੇ ਦੋ ਅੱਖਰ ਸੀ ਆਪਣੇ ਕੋਲ, ਬਸ ਆਪਾਂ 20 ਦੀ ਥਾਂ 'ਤੇ ਹੁਣ 10/10 ਲਿਖ ਦੇਣਾ, ਜਿੱਥੇ 20 ਲਿਖਿਆ ਉੱਥੇ ਲਿਖਣਾ। ਅਤੇ ਇੱਧਰ ਆਪਣੇ ਕੋਲ ਆਇਆ ਨਾ 100x^2, ਉਸ ਤੋਂ ਬਾਅਦ ਆਪਣੇ ਕੋਲ ਆਇਆ ਨਾ ਘਟਾਓ ਦੇ 10/10 ਨਾਲ ਆਇਆ ਨਾ ਐਕਸ, ਇੱਥੇ ਆਇਆ ਨਾ ਜੋੜ 1 ਬਰਾਬਰ 0। ਤਾਂ ਉਸ ਤੋਂ ਬਾਅਦ ਆਪਣੇ ਕੋਲ ਆਇਆ ਨਾ 100, ਆਪਾਂ ਉਵੇਂ ਲਿਖ ਦਾਂਗੇ 2 ਜਿਹੜੀ ਇਹ ਵੀ ਉਵੇਂ ਲਿਖੀ ਜਾਊਗੀ। ਜਦੋਂ ਬ੍ਰੈਕਟ ਦੇ ਬਾਹਰ ਆਪਣੇ ਕੋਲ ਮਾਈਨਸ ਹੁੰਦਾ ਤਾਂ ਆਪਣੇ ਕੋਲ ਕੀ ਹੋ ਜਾਣਗੇ, ਦੋਨੇ ਨਿਸ਼ਾਨ ਮਾਈਨਸ ਦੇ ਆ ਜਾਣਗੇ। ਸੋਰੀ, ਇਹਦੇ ਨਾਲ ਵੀ ਐਕਸ ਆਊਗਾ ਪਹਿਲੀ ਰਕਮ ਦੇ ਨਾਲ, ਅਤੇ ਜੋੜਦਾ 1 ਆਜੂਗਾ ਬਰਾਬਰ 0। ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਖੋਲ੍ਹ ਕੇ ਥੋੜ੍ਹਾ ਜਿਹਾ ਲਿਖ ਲੈਂਦੇ ਹਾਂ। 100 ਨੂੰ ਮੈਂ ਲਿਖ ਸਕਦਾ ਵਾਂ 10/10, ਅਤੇ ਐਕਸ ਨੂੰ ਮੈਂ 2 ਐਕਸ ਲਿਖ ਦਿੰਦਾ, 1x/x। ਉਸ ਤੋਂ ਬਾਅਦ ਜਿਹੜਾ ਆਪਣੇ ਕੋਲ ਬਾਕੀ ਲਿਖਿਆ ਹੋਇਆ, ਜਿਵੇਂ ਆਪਣੇ ਕੋਲ 10/x ਲਿਖਿਆ ਹੋਇਆ, ਮੈਂ ਉਵੇਂ ਲਿਖ ਦਿੰਦਾ। ਸਿਮੀਲਰਲੀ ਘਟਾਓ ਦੇ 10/x ਫਿਰ ਮੈਂ ਲਿਖ ਦਿੰਦਾ। ਉਸ ਤੋਂ ਬਾਅਦ ਮੇਰੇ ਕੋਲ ਜਿਹੜਾ 1 ਲਿਖਿਆ ਹੋਇਆ, ਤਾਂ ਮੈਂ 1 ਨੂੰ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਸੀ ਜਦੋਂ ਵੀ ਆਪਣੇ ਕੋਲ ਪਲੱਸ ਹੋਵੇ ਤਾਂ ਮੈਂ ਮਾਈਨਸ 1 ਲਿਖ ਸਕਦਾ ਇਹਨੂੰ। ਉਹਦਾ ਕਾਰਨ ਸਿਰਫ ਇਹੀ ਆ ਕਿ ਜੇ ਆਪਾਂ ਪਹਿਲੀਆਂ ਦੋਨੇ ਰਕਮਾਂ ਨੂੰ ਦੇਖੀਏ ਤਾਂ ਇਹਨਾਂ ਦੇ ਵਿੱਚੋਂ ਦੂਜੀ ਰਕਮ ਨਾਲ ਮੇਰੇ ਕੋਲ ਮਾਈਨਸ ਆ, ਤਾਂ ਜੇਕਰ ਆਪਾਂ ਬਾਅਦ ਵਾਲੀਆਂ 2 ਰਕਮਾਂ ਨੂੰ ਦੇਖੀਏ ਤਾਂ ਦੂਜੀ ਰਕਮ ਨਾਲ ਮੇਰੇ ਕੋਲ ਪਲੱਸ ਸੀ, ਤਾਂ ਕਰਕੇ ਮੈਂ ਇਹਨੂੰ ਮਾਈਨਸ ਮਾਈਨਸ ਵਿੱਚ ਬਦਲਦਾ, ਕਿਉਂਕਿ ਇੱਥੇ ਦੂਜੀ ਰਕਮ ਨਾਲ ਮਾਈਨਸ ਸੀ। ਠੀਕ ਆ, ਤਾਂ ਯਾਦ ਰੱਖਿਓ ਜਦੋਂ ਇੱਥੇ ਆਪਣੇ ਕੋਲ ਦੂਜੀ ਰਕਮ ਨਾਲ ਮਾਈਨਸ ਹੋਇਆ ਤਾਂ ਤੁਸੀਂ ਤੁਹਾਡੀ ਜਿਹੜੀ ਰਕਮ ਲਾਸਟ ਵਾਲੀ ਉਹਦੇ ਨਾਲ ਵੀ ਮਾਈਨਸ ਹੋਣਾ ਚਾਹੀਦਾ, ਜੇਕਰ ਉਹ 'ਤੇ ਮਾਈਨਸ ਨਹੀਂ ਤਾਂ ਤੁਸੀਂ ਪਲੱਸ ਨੂੰ ਮਾਈਨਸ ਮਾਈਨਸ ਵਿੱਚ ਬਦਲ ਦੇਣਾ। ਉਸ ਤੋਂ ਬਾਅਦ ਦੇਖੋ ਇੱਥੇ ਜੋੜ 10 ਵਾ, ਇੱਥੇ ਵੀ 10 ਆ, ਇੱਥੇ ਆਪਣੇ ਕੋਲ ਐਕਸ ਆ, ਇੱਥੇ ਵੀ ਆਪਣੇ ਕੋਲ ਐਕਸ ਆ, ਤਾਂ 10x ਆਪਣੇ ਕੋਲ ਕੋਮਨ ਆ ਜਾਣਾ, ਬਾਹਰ ਆ ਜਾਣਾ। ਅੰਦਰ ਆਪਣੇ ਕੋਲ ਇੱਥੇ ਕੀ ਬਚਿਆ, 10x, ਦੂਜੀ ਰਕਮ 'ਚੋਂ 10 ਦਾ 10x ਬਾਹਰ ਆ ਗਿਆ, ਆਪਣੇ ਕੋਲ ਮਾਈਨਸ ਦਾ 1 ਆ ਗਿਆ, ਇੱਥੋਂ ਦਾ ਸਿਰਫ -1 ਹੀ ਬਾਹਰ ਆਉਣਾ, ਤਾਂ ਆਪਣੇ ਕੋਲ ਕੀ ਬਚਿਆ, 10x, ਅਤੇ ਉੱਥੋਂ ਆਪਣੇ ਕੋਲ ਘਟਾਓ ਦਾ 1 ਬਰਾਬਰ ਆ ਗਿਆ 0।
ਦੇਖੋ ਹੁਣ ਜੇ ਆਪਾਂ ਧਿਆਨ ਨਾਲ ਦੇਖੀਏ ਇੱਥੇ ਇੱਥੇ ਆਪਣੇ ਕੋਲ 10x ਘਟਾਓ 1 10x ਘਟਾਓ 1 ਇਹ ਦੋਨੇ ਇੱਕੋ ਜਿਹੇ ਆ ਗਏ ਤਾਂ ਆਪਾਂ ਇੱਥੇ ਲਿਖ ਸਕਦੇ ਹਾਂ 10x ਘਟਾਓ 1 ਅਤੇ 10x ਘਟਾਓ 1 ਹੀ ਫਿਰ ਆਪਣੇ ਕੋਲ ਬਚ ਗਿਆ ਕਿਉਂਕਿ ਜਿਹੜੇ ਬਾਕੀ ਬਚੇ ਉਹ ਵੀ ਦੇਖਾਂਗੇ ਤਾਂ ਆਪਣੇ ਕੋਲ 10x ਘਟਾਓ 1 ਹੀ ਆ। ਤਾਂ ਹੁਣ ਆਪਣੇ ਕੋਲ ਗੁਣਾਂ ਦੇ ਵਿੱਚ ਕੋਈ ਚੀਜ਼ 0 ਤਾਂ ਹੀ ਹੁੰਦੀ ਹੈ ਜੇਕਰ ਉਹਨਾਂ ਦੋਨਾਂ ਦੇ ਵਿੱਚੋਂ ਕੋਈ ਨਾ ਕੋਈ ਇੱਕ ਰਕਮ 0 ਹੋਵੇ, ਜਾਂ ਤਾਂ 10x ਘਟਾਓ 1 0 ਆ ਜਾਂ ਫਿਰ 10x ਘਟਾਓ 1 0 ਆ। ਇੱਥੋਂ ਆਪਣੇ ਕੋਲ ਇੱਕ ਦੂਜੇ ਪਾਸੇ ਜਾਊਗਾ ਨੇ ਜੋੜਦਾ ਬਣ ਜਾਣਾ, ਤਾਂ 10x ਬਰਾਬਰ 1 ਅਤੇ ਆਪਣੇ ਕੋਲ x ਕਿਹਦੇ ਬਰਾਬਰ ਆ ਜਾਣਾ 1/10। ਉਵੇਂ ਆਪਾਂ ਇੱਧਰ ਦੇਖਾਂਗੇ 10x ਬਰਾਬਰ 1 ਆ ਅਤੇ ਜਦੋਂ ਆਪਾਂ x ਦਾ ਮੁੱਲ ਕੱਢਾਂਗੇ ਉਹ ਬਣ ਜਾਣਾ ਆਪਣੇ ਕੋਲ 1/10। ਤਾਂ x ਦੇ ਆਪਣੇ ਕੋਲ ਦੋ ਮੁੱਲ ਆ ਗਏ, ਇੱਕ ਆਪਣੇ ਕੋਲ ਆ ਗਿਆ 1/10, ਦੂਜਾ ਵੀ ਆਪਣੇ ਕੋਲ ਆ ਗਿਆ 1/10। ਤਾਂ ਇਹ ਆਪਣੇ ਕੋਲ ਪਹਿਲਾ ਪਾਠ ਸੀ ਜਿਹੜਾ ਮੈਂ ਅਭਿਆਸ 4.2 ਜਿਹੜਾ ਆਪਣੇ ਕੋਲ 10ਵੀਂ ਕਲਾਸ ਦਾ ਚੈਪਟਰ ਨੰਬਰ 4 ਦੋਘਾਤੀ ਸਮੀਕਰਨ ਦਾ ਆਪਾਂ ਸ਼ੁਰੂ ਕੀਤਾ ਸੀ। ਇਸ ਦਾ ਪਾਰਟ 1 ਮੈਂ ਅੱਜ ਸੋਲਵ ਕਰਾ ਦਿੱਤਾ ਹੈ। ਵੀਡੀਓ ਜ਼ਿਆਦਾ ਲੰਬੀ ਹੋ ਜਾਵੇਗੀ ਇਸ ਕਰਕੇ ਮੈਂ ਸਿਰਫ ਪਾਰਟ 1 ਹੀ ਹੱਲ ਕਰਾਇਆ। ਇਸ ਦਾ ਦੂਜਾ ਪਾਰਟ ਵੀ ਲੈ ਕੇ ਆਵਾਂਗਾ, ਲੇਕਿਨ ਤੁਸੀਂ ਕੀ ਕਰਨਾ ਹੈ, ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਹੈ, ਨਾਲ ਦੀ ਨਾਲ ਕਮੈਂਟ ਬਾਕਸ ਵਿੱਚ ਟਾਈਪ ਕਰਕੇ ਵੀ ਦੱਸਣਾ ਹੈ ਕਿ ਵੀਡੀਓ ਕਿੱਦਾਂ ਦੀ ਲੱਗੀ, ਸਮਝ ਲੱਗਿਆ ਜਾਂ ਨਹੀਂ ਲੱਗਿਆ ਜ਼ਰੂਰ ਲਿਖਣਾ ਵਾ। ਅਤੇ ਆਪਣੇ ਦੋਸਤਾਂ ਨਾਲ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ, ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਿਓ, ਜੇਕਰ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਘੰਟੀ ਦੇ ਬਟਨ 'ਤੇ ਵੀ ਕਲਿੱਕ ਕਰ ਦਿਓ ਤਾਂ ਕਿ ਜਦੋਂ ਵੀ ਕੋਈ ਨਵੀਂ ਵੀਡੀਓ ਅਪਲੋਡ ਕਰਾਂਗਾ ਤਾਂ ਤੁਹਾਨੂੰ ਉਸਦਾ ਨੋਟੀਫਿਕੇਸ਼ਨ ਮਿਲ ਜਾਵੇ। ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।